स्वागत देश विदेश बैठे सारे दर्शकों का बहुत बहुत स्वागत करते हैं उन्होंने अपने प्रोग्राम गल्लां ते गीत विच मैं मेघा ते मैं हां अनमोल ते जिवें कि तुसी जानदे ही हो कि इस प्रोग्राम दे विच आपां वख-वख विषय दे उत्ते गल्लबात करदे आ ते नाल-नाल गीत भी सुणदे आ ਤਾਂ ਹਮੇਸ਼ਾ ਦੀ ਤਰ੍ਹਾਂ ਸਾਡੇ ਸਟੂਡੀਓ ਦੇ ਵਿੱਚ ਮਾਹਿਰ ਮਹਿਮਾਨ ਪਹੁੰਚ ਚੁੱਕੇ ਨੇ ਪਰ ਉਹਨਾਂ ਨੂੰ ਮਿਲਣ ਤੋਂ ਪਹਿਲਾਂ ਤੁਸੀਂ ਅੱਜ ਦਾ ਸਾਡਾ ਵਿਸ਼ਾ ਨੋਟ ਕਰ ਲਓ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਜੀ ਚੁਣੌਤੀ ਜਾਪਦਾ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਸਮਾਜ ਦਾ ਕੀ ਯੋਗਦਾਨ ਹੈ ਅਤੇ ਸਾਡਾ ਫੋਨ ਨੰਬਰ ਹੈ ਜੀ 0181 82 44 64 ਔਰ ਫੋਨ ਦੇ ਰਾਹੀਂ ਵੀ ਤੁਸੀਂ ਸਾਡੇ ਨਾਲ ਸਿੱਧਾ ਰਾਬਤਾ ਕਾਇਮ ਕਰ ਸਕਦੇ ਹੋ ਅਤੇ ਜਿਹੜੇ ਮਾਹਿਰ ਮਹਿਮਾਨ ਖਾਸ ਤੌਰ 'ਤੇ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਉਹਨਾਂ ਬਾਰੇ ਵੀ ਤੁਹਾਨੂੰ ਦੱਸਦੇ ਹਾਂ ਜੀ ਇੰਜੀਨੀਅਰ DM ਸਿੰਘ ਜੀ ਇੰਜੀਨੀਅਰ DM ਸਿੰਘ ਜੀ ਦਾ ਸਟੂਡੀਓ ਦੇ ਵਿੱਚ ਸਵਾਗਤ ਕਰਦੇ ਹਾਂ ਰਿਟਾਇਰਡ ਚੀਫ ਜਨਰਲ ਮੈਨੇਜਰ ਪੰਜਾਬ ਸਰਕਾਰ ਦੇ ਅਦਾਰੇ ਤੋਂ ਜਿਹੜੇ ਕਿ ਉੱਗੇ ਕਹਾਣੀਕਾਰ ਨੇ ਕਵੀ ਨੇ ਅਤੇ ਸਮਾਜ ਚਿੰਤਕ ਨੇ ਅਤੇ ਬਹੁਤ ਵਧੀਆ ਲਿਖਦੇ ਨੇ ਤਿੰਨ ਕਿਤਾਬਾਂ ਹਾਲੇ ਤੱਕ ਇਹਨਾਂ ਦੀਆਂ ਛਪ ਚੁੱਕੀਆਂ ਨੇ ਸਵਾਗਤ ਕਰਦੇ ਹਾਂ ਤੁਹਾਡੇ ਸਟੂਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਦੂਰਦਰਸ਼ਨ ਦੇ ਸਰੋਤਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਅਤੇ ਅੱਜ ਅਸੀਂ ਗੱਲ ਇਸ ਵਿਸ਼ੇ 'ਤੇ ਕਰਾਂਗੇ ਜੀ ਇੱਕ ਖਾਸ ਵਿਸ਼ਾ ਹੈ ਜੀ ਚੁਣੌਤੀ ਜਾਪਦਾ ਬੱਚਿਆਂ ਨੂੰ ਉਤਸ਼ਾਹਿਤ ਕਰਨ ਵਿੱਚ ਸਮਾਜ ਦਾ ਯੋਗਦਾਨ ਪਹਿਲਾਂ ਤਾਂ ਕਿਉਂ ਲੋੜ ਹੈ ਇਸ ਵਿਸ਼ੇ 'ਤੇ ਗੱਲਬਾਤ ਹਾਂ ਮੇਘਾ ਜੀ ਸਭ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਮੈਂ ਆਪਣੇ ਅੱਜ ਦੇ ਵਿਸ਼ੇ ਨੂੰ ਵਿਸਥਾਰਿਤ ਕਰਨ ਤੋਂ ਪਹਿਲੇ ਇਹੀ ਜ਼ਰੂਰੀ ਚਾਹਾਂਗਾ ਕਿਉਂਕਿ ਸਮਾਜ ਨੂੰ ਇਹ ਝੰਜੋੜਨ ਦੀ ਬਹੁਤ ਲੋੜ ਹੈ ਬਿਲਕੁਲ ਅਤੇ ਉਹ ਕਿਉਂ ਲੋੜ ਹੈ ਅਤੇ ਇੱਕ ਹੀ ਵਿਸ਼ਾ ਇਹ ਦੱਸਣਾ ਬੜਾ ਜ਼ਰੂਰੀ ਹੈ ਮੈਨੂੰ ਇੱਕ ਛੋਟੀ ਜਿਹੀ ਗੱਲ ਗਾਥਾ ਯਾਦ ਆ ਜਾਂਦੀ ਹੈ ਕੇਲਿਆਂ ਦੇ ਫਾਰਮ ਦਾ ਮਾਲਕ ਹਰ ਵਾਰ ਕੇਲਿਆਂ ਦੀ ਉਪਜ ਸ਼ੁਰੂ ਕਰਨ ਤੋਂ ਪਹਿਲੇ ਇੱਕ ਲੂੰਗਰ ਕੇਲਿਆਂ ਦਾ ਮੰਦਰ 'ਚ ਭੇਜਿਆ ਕਰਦਾ ਸੀ ਸੋ ਫਸਲ ਤਿਆਰ ਹੋ ਗਈ ਉਸਨੇ ਆਪਣੇ ਨੌਕਰ ਨੂੰ ਬੁਲਾਇਆ ਕੇਲਿਆਂ ਦਾ ਇੱਕ ਲੂੰਗਰ ਲਾਇਆ ਅਤੇ ਕਿਹਾ ਜਾ ਮੰਦਰ ਦੇ ਆ ਨੌਕਰ ਵਿਚਾਰਾ ਭੁੱਖਾ ਸੀ ਰਸਤੇ ਵਿੱਚ ਉਹਨੇ ਪਹਿਲਾਂ ਤਾਂ ਕੋਸ਼ਿਸ਼ ਕੀਤੀ ਆਪਣੀ ਭੁੱਖ 'ਤੇ ਕਾਬੂ ਕਰਾਂ ਪਰ ਨਹੀਂ ਹੋ ਸਕੇ ਅਤੇ ਉਹਨੇ ਦੋ ਕੇਲੇ ਲੂੰਗਰ 'ਚੋਂ ਲਾਏ ਅਤੇ ਖਾ ਲਏ ਬਾਕੀ ਮੰਦਰ ਦੇ ਆਇਆ ਰਾਤ ਨੂੰ ਉਸ ਕੇਲਿਆਂ ਦੇ ਫਾਰਮ ਦੇ ਮਾਲਕ ਨੂੰ ਸੁਪਨਾ ਆਇਆ ਸੁਪਨੇ 'ਚ ਰੱਬ ਆਇਆ ਕਹਿਣ ਲੱਗਾ ਬਈ ਤੇਰੇ ਦੋ ਕੇਲੇ ਪਹੁੰਚ ਗਏ ਨੇ ਸਵੇਰੇ ਜਾਗਿਆ ਬੜਾ ਵਿਚਲਿਤ ਸੀ ਕਿ ਮੈਂ ਲੂੰਗਰ ਕੇਲਿਆਂ ਦਾ ਭੇਜਿਆ ਇਸਦਾ ਮਤਲਬ ਨੌਕਰ ਬਦਮਾਸ਼ੀ ਕਰ ਗਿਆ ਉਹ ਕੇਲੇ ਜਾਂ ਵੇਚ ਗਿਆ ਜਾਂ ਬਾਕੀ ਖਾ ਗਿਆ ਉਹਨੇ ਉਸਨੂੰ ਸਮਨ ਕੀਤਾ ਕਹਿਣ ਲੱਗਾ ਬਈ ਕੀ ਗੱਲ ਮੈਂ ਲੂੰਗਰ ਕੇਲਿਆਂ ਦਾ ਭੇਜਿਆ ਸੀ ਉੱਥੇ ਪਹੁੰਚੇ ਨਹੀਂ ਦੋ ਕੇਲੇ ਪਹੁੰਚੇ ਕਹਿਣ ਲੱਗਾ ਮਾਫ਼ ਕਰੋ ਮਾਲਕ ਮੈਨੂੰ ਬੜੀ ਸਖਤ ਭੁੱਖ ਲੱਗੀ ਸੀ ਸਾਰਾ ਲੂੰਗਰ ਉੱਥੇ ਦੇ ਕੇ ਆਇਆ ਸਿਰਫ ਦੋ ਕੇਲੇ ਮੈਂ ਖਾਧੇ ਸੀ ਉਸ ਝੰਜੋੜਿਆ ਗਿਆ ਉਸਨੂੰ ਸਮਝ ਆ ਗਈ ਕਿ ਰੱਬ ਨੂੰ ਮਹਿਜ਼ ਉਹ ਦੋ ਕੇਲੇ ਪਹੁੰਚੇ ਨੇ ਜਿਹੜੇ ਨੌਕਰ ਨੇ ਭੁੱਖ ਲੱਗਣ ਕਰਕੇ ਖਾਧੇ ਨੇ ਗਰੀਬ ਆਦਮੀ ਨੇ ਖਾਧੇ ਨੇ ਹੁਣ ਸਮਝ ਆ ਗਈ ਕਿ ਜਿਹੜੀ ਗਰੀਬ ਦਾ ਮੂੰਹ ਹੈ ਉਹ ਗੁਰੂ ਕੀ ਗੋਲਕ ਹੈ ਬਿਲਕੁਲ ਜਿਹੜਾ ਨੀਡੀ ਬੰਦੇ ਨੂੰ ਜ਼ਰੂਰਤਮੰਦ ਬੰਦੇ ਨੂੰ ਫੀਡ ਕਰਨਾ ਰੱਬ ਦੀ ਸਭ ਤੋਂ ਵਧੀਆ ਆਫਰਿੰਗ ਹੈ ਬਿਲਕੁਲ ਠੀਕ ਹੈ ਤੁਸੀਂ ਅੰਦਾਜ਼ਾ ਲਗਾਓ ਕਿ ਇੱਕ ਛੋਟੇ ਇੱਕ ਭੁੱਖੇ ਬੰਦੇ ਨੂੰ ਖਾਣ ਦੀ ਰੱਬ ਨੂੰ ਪਹੁੰਚ ਗਏ ਦੋ ਕੇਲੇ ਬਾਕੀ ਨਹੀਂ ਪਹੁੰਚੇ ਮੰਦਰ ਜਿਹੜੇ ਗਏ ਨੇ ਕਿਉਂਕਿ ਸਾਨੂੰ ਆਪ ਹਾਲਤ ਮੰਦਰਾਂ ਦੀ ਗੁਰਦੁਆਰਿਆਂ ਦੀ ਧਰਮ ਸਥਾਨਾਂ ਦੀ ਪਤਾ ਬਿਲਕੁਲ ਠੀਕ ਗੱਲ ਹੈ ਸ਼ਾਇਦ ਇਸ ਲਈ ਜਿਹੜੇ ਧਾਰਮਿਕ ਸਥਾਨ ਹੈ ਉੱਥੇ ਬਾਰ ਬਾਰ ਲੰਗਰ ਲਗਾਏ ਜਾਂਦੇ ਨੇ ਇੱਥੇ ਮੈਂ ਤੁਹਾਨੂੰ ਮੇਘਾ ਜੀ ਜ਼ਰਾ ਰੋਕਦਾ ਲੰਗਰ ਲਗਾਏ ਜਾਣਾ ਵੀ ਇਸ 'ਤੇ ਬੜਾ ਪ੍ਰਸ਼ਨ ਚਿੰਨ੍ਹ ਖੜਾ ਹੁੰਦਾ ਹੈ ਕਿਉਂਕਿ ਅਸੀਂ ਲੰਗਰ ਲਗਾਉਂਦੇ ਹਾਂ ਗਰੀਬਾਂ ਵਾਸਤੇ ਉਹਨਾਂ ਦੇ ਸਵਾਭਿਮਾਨ ਨੂੰ ਪਹਿਲਾਂ ਚੋਟ ਮਾਰਨੇ ਆ ਕਿ ਜਿਹੜੀਆਂ ਲਾਈਨਾਂ ਲੱਗੀਆਂ ਨੇ ਇਹ ਗਰੀਬਾਂ ਵਾਸਤੇ ਨੇ ਜੀ ਇਸ ਵਿੱਚ ਹੀ ਫਰਕ ਹੈ ਗੁਰੂ ਨਾਨਕ ਨੇ ਸਿਧਾਂਤ ਦਿੱਤਾ ਸੀ ਬਰਾਬਰੀ ਦਾ ਕਿ ਸਾਰੇ ਇਕੱਠੇ ਬਹਿ ਕੇ ਜੇ ਵੱਡੇ ਨਿੱਕੇ ਜਿਹੜੇ ਉਸ ਵਿੱਚ ਯੋਗਦਾਨ ਵੀ ਪਾ ਰਹੇ ਨੇ ਜਿਹੜੇ ਧਨ ਕਰਕੇ ਕੋਈ ਸਹਾਇਤਾ ਕਰ ਸਕਦੇ ਨੇ ਉਹ ਖਾਣਾ ਬਣਾ ਕੇ ਉਹ ਪ੍ਰੀਤੀ ਭੋਜਨ ਬਣ ਜਾਏ ਔਰ ਬਰਾਬਰੀ ਯਾਦ ਹੈ ਤੁਹਾਨੂੰ ਗੁਰੂ ਅਮਰਦਾਸ ਪਾਤਸ਼ਾਹ ਕੋਲ ਆਇਆ ਅਤੇ ਅਕਬਰ ਨੂੰ ਹੀ ਸਮਾਨਤਾ 'ਚ ਉੱਥੇ ਬਹਿ ਕੇ ਲੰਗਰ ਛਕਣਾ ਪਿਆ ਫਿਰ ਦੀਦਾਰ ਹੋਏ ਸੋ ਕਹਿਣ ਤੋਂ ਮੇਰਾ ਮਤਲਬ ਉੱਥੇ ਉਸ ਵਿਸ਼ੇ ਵੱਲ ਜਾਣਾ ਨਹੀਂ ਹੈ ਜੀ ਅਸੀਂ ਗੱਲ ਇਹ ਕਰ ਰਹੇ ਹਾਂ ਕਿ ਜੇ ਇੱਕ ਆਰਡਨਰੀ ਨੀਡ ਨੂੰ ਜਿਹੜੀ ਪੂਰਤੀ ਕਰਨ ਵਾਸਤੇ ਵੀ ਜਿਹੜਾ ਤਰੀਕਾ ਹੈ ਉਹ ਸਾਨੂੰ ਆਪਣੀ ਸੋਚ ਹੈ ਬਦਲਣੀ ਪਏਗੀ ਅਸੀਂ ਕਿਸੇ ਗਰੀਬ ਆਦਮੀ ਨੂੰ ਕਿਸੇ ਜ਼ਰੂਰਤਮੰਦ ਦੀ ਜ਼ਰੂਰਤ ਪੂਰ ਕਰਦੇ ਹਾਂ ਉਸਦੇ ਸਵਾਭਿਮਾਨ 'ਤੇ ਚੋਟ ਨਹੀਂ ਮਾਰਨੀ ਕਿਉਂਕਿ ਸਾਨੂੰ ਵੀ ਜੋ ਕੁਝ ਮਿਲਿਆ ਉਸਦੀ ਕਿਰਪਾ ਨਾਲ ਮਿਲਿਆ ਰਚਨਾ ਬਿਲਕੁਲ ਸੋ ਇੱਥੇ ਅੱਜ ਅਸੀਂ ਇਹੀ ਗੱਲ ਕਰਾਂਗੇ ਕਿ ਜੇ ਇੱਕ ਆਰਡਨਰੀ ਜ਼ਰੂਰਤ ਨੂੰ ਪੂਰਾ ਕਰਨਾ ਮੈਂ ਇਹ ਜਿਹੜੀ ਭੁੱਖ ਪੂਰੀ ਕਰਨਾ ਹੈ ਅਸੀਂ ਅੱਗੇ ਗੱਲ ਕਰਾਂਗੇ ਇਹ ਇੱਕ ਆਰਡਨਰੀ ਨੀਡ ਹੈ ਜੀ ਅੱਜ ਅਸੀਂ ਗੱਲ ਕਰਨੀ ਹੈ ਵਿਸ਼ੇਸ਼ ਘਾਟਾਂ ਵਾਲੇ ਬੱਚਿਆਂ ਦੀ ਜੀ
ਉਹਨਾਂ ਦੀ ਜ਼ਰੂਰਤ ਪੂਰੀ ਜੇ ਕਰਾਂਗੇ ਤਾਂ ਸਾਡਾ ਰਚਨਹਾਰਾ ਅਕਾਲ ਪੁਰਖ ਕਰਤਾ ਪੁਰਖ ਕਿੰਨਾ ਖੁਸ਼ ਹੋਏਗਾ। ਸਮਾਜ ਨੂੰ ਵਿਸ਼ੇਸ਼ ਘਾਟਾਂ ਵਾਲੇ ਅੰਡਰ ਪ੍ਰਿਵਿਲੇਜ ਜਿਹੜੇ ਪੈਦਾ ਹੋਏ ਨੇ ਜਾਂ ਕਿਸੇ ਸਮਾਜਿਕ ਮਜਬੂਰੀਆਂ ਕਰਕੇ ਕਿਸੇ ਹੋਰ ਔਰਗੈਨਿਕ ਜਾਂ ਫਿਜ਼ੀਓਲੋਜੀਕਲ ਕਾਰਨਾਂ ਕਰਕੇ ਜਿਨ੍ਹਾਂ ਦੀ ਵਿਸ਼ੇਸ਼ ਘਾਟ ਹੈ, ਚੁਣੌਤੀ ਯਾਫਤਾ ਬਣ ਗਏ, ਮੈਂਟਲੀ ਚੈਲੇਂਜਡ ਹੋ ਗਏ, ਉਹ ਚਿਲਡਰਨ ਵਿਦ ਸਪੈਸ਼ਲ ਨੀਡਸ ਨੇ ਜੀ। ਆਰਡਨਰੀ ਜ਼ਰੂਰਤ ਦੋ ਕੇਲਿਆਂ ਦੀ ਪੂਰਨ ਕਰਨ ਕਰਕੇ ਰੱਬ ਕਿੰਨਾ ਖੁਸ਼ ਹੋ ਗਿਆ ਉਸ ਬੰਦੇ 'ਤੇ, ਅਤੇ ਜੇ ਅਸੀਂ ਵਿਸ਼ੇਸ਼ ਘਾਟ ਵਿੱਚ ਲੋਕਾਂ ਨੂੰ ਸਨੇਹ ਦਿਆਂਗੇ, ਪਿਆਰ ਦਿਆਂਗੇ ਜਾਂ ਉਹਨਾਂ ਦੀ ਉਹ ਘਾਟ ਪੂਰੀ ਕਰਨ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਯੋਗਦਾਨ ਪਾਵਾਂਗੇ ਤਾਂ ਰੱਬ ਕਿੰਨਾ ਖੁਸ਼ ਹੋਏਗਾ ਜੀ। ਸੋ ਅੱਜ ਅਸੀਂ ਉਹਨਾਂ ਬੱਚਿਆਂ ਦੀ ਗੱਲ ਕਰਨੀ ਹੈ ਜਿਨ੍ਹਾਂ ਨੂੰ ਕੁਦਰਤ ਦੇ ਵਜੋਂ ਕਿਸੇ ਨਾ ਕਿਸੇ ਦੀ ਘਾਟ ਮਿਲ ਪੈ ਗਈ ਅਤੇ ਉਹ ਮੇਨ ਸਟ੍ਰੀਮ ਵਿੱਚ ਆਉਂਦੇ ਹੀ ਨਹੀਂ, ਮੋਰਲੀ ਡਿਮੋਰਲਾਈਜ਼ ਅਲੱਗ ਕਿਸੇ ਸਕੂਲ 'ਚ ਬੈਠੇ ਨੇ, ਕਿਸੇ ਘਰ ਦੇ ਕੋਨੇ 'ਚ। ਚੁਣੌਤੀ ਆਪਦਾ ਅਸੀਂ ਵਾਰ ਵਾਰ ਨਾਮ ਲੈ ਰਹੇ ਹਾਂ, ਚੁਣੌਤੀ ਜਾਪਦਾ ਅਸੀਂ ਗੱਲਬਾਤ ਕਰ ਰਹੇ, ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਇਹ ਜਾਣਦੇ ਕਿ ਚੁਣੌਤੀ ਜਾਪਦਾ ਦੇ ਵਿੱਚ ਕਿਹੜੇ ਕੀ ਕੈਟੇਗਰੀਜ਼ ਹੈ, ਕਿਹੜੇ ਬੱਚੇ ਤੁਸੀਂ? ਬਹੁਤ ਅੱਛਾ ਸਵਾਲ ਕੀਤਾ ਕਿਉਂਕਿ ਮੇਰੇ ਸਰੋਤਾਂ ਨੂੰ ਅੱਜ ਪਤਾ ਹੋਣਾ ਚਾਹੀਦਾ ਕਿ ਕਿੰਨੇ ਤਰ੍ਹਾਂ ਦੀਆਂ ਡਿਸੇਬਿਲਿਟੀਜ਼ ਜਿਹੜੀਆਂ ਅਸਮਰਥਾਵਾਂ ਨੇ, ਕਿੰਨੇ ਤਰ੍ਹਾਂ ਦੀਆਂ ਨੇ? ਚਾਰ ਤਰ੍ਹਾਂ ਦੀਆਂ ਸਮਰੱਥਾ ਹੁੰਦੀ ਹੈ, ਇੱਕ ਅਸਮਰੱਥਾ ਡਿਸੇਬਿਲਿਟੀ। ਸੋ ਚਾਰ ਤਰ੍ਹਾਂ ਦੀਆਂ ਡਿਸੇਬਿਲਿਟੀਜ਼ ਨੇ, ਇੱਕ ਤਾਂ ਮੈਂਟਲੀ ਚੈਲੇਂਜ, ਦਿਮਾਗੀ ਤੌਰ 'ਤੇ ਬੱਚੇ ਕਈ ਕਾਰਨਾਂ ਕਰਕੇ ਜੈਨੇਟਿਕ ਕਾਰਨ ਹੋ ਸਕਦੇ ਨੇ ਜੀ, ਪ੍ਰੈਗਨੈਂਸੀ ਦੇ ਦੌਰਾਨ ਮਾਂ ਦੇ ਕੋਲੋਂ ਕੁਛ ਭੁੱਲਾਂ ਹੋ ਜਾਣ ਕਰਕੇ ਜਿਹੜੇ ਕੋਈ ਐਸੇ ਵੋਇਸਿਸ ਹੁੰਦੀਆਂ ਨੇ ਉਹਨਾਂ ਕਰਕੇ ਹੋ ਜਾਂਦੀਆਂ ਨੇ ਜੀ, ਪ੍ਰੀਨੈਟਲ, ਇੱਕ ਫਿਰ ਪੋਸਟਨੈਟਲ, ਜੇ ਬੱਚੇ ਦਾ ਖਿਆਲ ਨਾ ਰੱਖਿਆ ਜਾ ਸਕੇ, ਘਰ ਵਿੱਚ ਮਾਹੌਲ ਨਾ ਅੱਛਾ ਮਿਲੇ, ਇਮੋਸ਼ਨਲੀ ਡਿਸਟਰਬ ਹੋ ਜਾਏ, ਤਾਂ ਵੀ ਉਹ ਮੈਂਟਲੀ ਚੈਲੇਂਜ ਹੋ ਜਾਂਦੇ ਨੇ। ਪੋਜ਼ਿਟਿਵ ਅਸੀਂ ਇਸ ਨੂੰ ਟਰਮੀਨੋਲੋਜੀ ਦਿੰਦੇ ਹਾਂ, ਮੈਂਟਲੀ ਚੈਲੇਂਜ, ਮੈਂਟਲੀ ਹੈਂਡੀਕੈਪਡ, ਅਤੇ ਜੇ ਅਸੀਂ ਨੈਗੇਟਿਵਲੀ ਕਹੀਏ ਤਾਂ ਮੈਂਟਲੀ ਰਿਟਾਰਡਿਡ ਕਹਿ ਦਿੰਦੇ ਹਾਂ। ਇੱਕ ਕਿਸਮ ਤਾਂ ਇਹ ਹੈ। ਦੂਸਰੀ ਕਿਸਮ ਹੈ ਫਿਜ਼ੀਕਲੀ ਚੈਲੇਂਜ, ਜਿਹੜੇ ਬੱਚਾ ਕਿਸੇ ਕੋਈ ਲਿੰਬ ਨਹੀਂ ਹੈ, ਉਂਗਲ ਨਹੀਂ ਹੈ, ਪੈਰ ਨਹੀਂ ਹੈ, ਬਲਾਇੰਡ ਨੇ, ਸੁਣ ਨਹੀਂ ਸਕਦੇ, ਗੂੰਗੇ ਨੇ, ਬਹਿਰੇ ਨੇ, ਉਹ ਫਿਜ਼ੀਕਲੀ ਚੈਲੇਂਜ ਹੁੰਦੇ। ਤੀਸਰੇ ਨੇ ਐਜੂਕੇਸ਼ਨਲੀ ਚੈਲੇਂਜ, ਜਿਹਨਾਂ ਨੂੰ ਕਿ ਤੁਸੀਂ ਇਸ ਬਾਰੇ ਵੀ ਬਹੁਤ ਅਵੇਅਰਨੈਸ ਦੀ ਲੋੜ ਹੈ ਕਿ ਲਰਨਿੰਗ ਡਿਸੇਬਿਲਿਟੀ ਹੁੰਦੀ ਹੈ, ਸਿੱਖਣ ਅਸਮਰੱਥਾ ਬੱਚਿਆਂ ਵਿੱਚ ਹੁੰਦੀ ਹੈ, ਕਿਹੜੇ ਰੀਡਿੰਗ, ਰਾਈਟਿੰਗ, ਮੈਥਮੈਟਿਕ, ਉਹਨਾਂ ਨੂੰ ਕਈ ਚਾਰ ਨੂੰ ਨੌ ਪੜ੍ਹ ਦਿੰਦਾ ਹੈ, ਹਾਂਜੀ, ਇੱਕ ਨੂੰ ਛੇ ਪੜ੍ਹ ਦਿੰਦਾ ਬੱਚਾ, ਜਾਂ ਪੜ੍ਹਨ ਲੱਗਿਆ ਇਸ ਤਰ੍ਹਾਂ ਕਰਦਾ, ਮੈਥਮੈਟਿਕ ਦੀ ਕੈਲਕੂਲੇਸ਼ਨ ਕਰਨ ਵਾਸਤੇ ਕਰਦਾ, ਅਤੇ ਅਸੀਂ ਸਮਝਦੇ ਹਾਂ ਕਿ ਸਾਡਾ ਬੱਚਾ ਜਿਹੜਾ ਪੜ੍ਹਾਈ ਵਿੱਚ ਅੱਛਾ ਨਹੀਂ ਹੈ। ਉਹ ਇਹ ਯਾਦ ਰੱਖਣਾ ਕਿ ਬੜੇ ਗਿਫਟਿਡ ਚਿਲਡਰਨ ਵੀ ਲਰਨਿੰਗ ਡਿਸੇਬਲਡ ਹੁੰਦੇ ਨੇ ਜੀ, ਕਿ ਉਹ ਉਹਨਾਂ ਦਾ ਆਈ ਕਿਊ ਬਹੁਤ ਹਾਈ ਹੁੰਦਾ, ਪਰ ਲਰਨਿੰਗ ਡਿਸੇਬਿਲਿਟੀ ਹੈ ਜਿਹੜੀ ਕਿ ਕਰੈਕਟੇਬਲ ਵੀ ਹੈ, ਉਹ ਲਰਨਿੰਗ ਡਿਸੇਬਿਲਿਟੀ ਕਰਕੇ ਉਹ ਵਿਚਾਰੇ ਪਿੱਛੇ ਰਹਿ ਜਾਂਦੇ ਨੇ, ਕਿਉਂਕਿ ਮਾਂ ਬਾਪ ਵੀ ਜੱਗ ਜ਼ਾਹਿਰ ਨਹੀਂ ਹੋਣਾ ਕਰਨਾ ਚਾਹੁੰਦੇ, ਟੀਚਰ ਸਪੈਸ਼ਲ ਅਟੈਂਸ਼ਨ ਨਹੀਂ ਦਿੰਦੇ, ਜਿਸ ਕਰਕੇ ਔਰ ਇਸ ਜ਼ਰੂਰਤ ਹੀ ਹੁੰਦੀ ਹੈ ਕਿ ਟੀਚਰ ਅਸੈਸ ਕਰੇ, ਆਈਡੈਂਟੀਫਾਈ ਕਰੇ ਕਿ ਬੱਚਾ। ਤੁਹਾਨੂੰ ਰੋਕਣ ਲਈ ਇੱਕ ਦਰਸ਼ਕ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ, ਫਿਰ ਅਸੀਂ ਆਪਣੀ ਗੱਲ ਨੂੰ ਪੂਰਾ ਕਰਾਂਗੇ। ਹੈਲੋ ਹੈਲੋ, ਸਵਾਗਤ ਹੈ ਜੀ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ। ਹੈਲੋ ਹੈਲੋ ਹੈਲੋ, ਸਤਿ ਸ੍ਰੀ ਅਕਾਲ ਜੀ। ਹੈਲੋ ਹੈਲੋ, ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚ ਰਹੀ ਹੈ ਲਗਾਤਾਰ ਜੀ, ਤੁਹਾਡੀ ਆਵਾਜ਼ ਪਹੁੰਚ ਰਹੀ ਹੈ ਜੀ। ਹਾਂਜੀ, ਸਤਿ ਸ੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਤੁਸੀਂ ਲਗਾਤਾਰ ਗੱਲ ਕਰ ਰਹੇ ਹੋ। ਮੈਂ ਪ੍ਰਿਤਪਾਲ ਸਿੰਘ ਬੋਲ ਰਿਹਾ ਹਾਂ ਸ਼ਿਰਵਾਲ ਤੋਂ। ਸਤਿ ਸ੍ਰੀ ਅਕਾਲ ਜੀ, ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚ ਰਹੀ ਹੈ ਲਗਾਤਾਰ ਗੱਲ ਕਰਦੇ ਹੋ। ਸਰ ਨਾਲ ਜੀ ਜੀ ਹਾਂਜੀ, ਥੈਂਕ ਯੂ ਸਰ, ਥੈਂਕ ਯੂ ਮੈਮ। ਔਰ ਮੈਂ ਗੱਲ ਕਰਨੀ ਚਾਹੁੰਦਾ ਕਿ ਜਿਹੜੇ ਮੁੰਡੇ ਵੀ ਆ, ਚਲੋ ਕਿਸੇ ਦੀ ਵੀ ਸੋਚ ਬਰਕਰਾਰ ਰਹਿੰਦੀ ਹੈ ਕਿ ਅਸੀਂ ਗਰੀਬਾਂ ਲਈ ਕੁਛ ਕਰੀਏ, ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਕਿਸੇ ਦੀ ਓਨੀ ਰਿਸਪੋਂਸਿਬਿਲਿਟੀ ਨਹੀਂ ਹੁੰਦੀ, ਕਿਉਂਕਿ ਓਨੀ ਖਿੱਚ ਜੋ ਗੂੜੀਆਂ ਹੁੰਦੀਆਂ ਨੇ ਅੰਦਰ, ਮਨੋਕਾਮਨਾ ਹੁੰਦੀਆਂ ਨੇ ਕਿ ਵੀ ਅਸੀਂ ਸਾਰਾ ਕੁਛ ਗਰੀਬਾਂ ਲਈ ਕਰੀਏ, ਠੀਕ ਆ ਓਨੀ, ਪਰ ਕਮਾਈ ਨਹੀਂ ਹੋ ਸਕਦੀ, ਮਨ ਕਮਾਈ ਨਹੀਂ ਹੁੰਦੀ, ਇਸ ਕਰਕੇ ਸੋਚਾਂ ਗੂੜੀਆਂ ਹੁੰਦੀਆਂ ਨੇ। ਤੇ ਗਰੀਬਾਂ ਲਈ ਮੈਂ ਥਿੰਕ ਕਰਦਾ ਸਰ, ਅੰਕਲ ਉਹਨਾਂ ਦਾ, ਕਿਉਂਕਿ ਇਹਨਾਂ ਦੀ ਸੋਚ ਬਿਲਕੁਲ ਬਹੁਤ ਵਧੀਆ, ਹਰ ਇੱਕ ਇਨਸਾਨ ਕਰਨਾ ਚਾਹੁੰਦਾ, ਕਿਉਂਕਿ ਸਾਰੇ ਇਨਸਾਨ ਇੱਕੋ ਜਿਹੇ ਨਹੀਂ ਹੁੰਦੇ, ਕਈਆਂ ਦੀਆਂ ਸੋਚਾਂ ਵਧੀਆਂ ਹੁੰਦੀਆਂ ਨੇ ਕਿ ਅਸੀਂ ਗਰੀਬਾਂ ਲਈ ਲੰਗਰ ਚਲਾਈਏ ਜਾਂ ਗਰੀਬਾਂ ਲਈ ਯੋਗਦਾਨ ਪਾਈਏ, ਪਰ ਓਨਾ ਹੋ ਨਹੀਂ ਪਾ ਰਿਹਾ ਹੁੰਦਾ ਕਿਸੇ ਤੋਂ, ਕਿ ਸੋਚਾਂ ਹਰ ਇੱਕ ਦੀ ਸੋਚ ਬਿਲਕੁਲ ਵਧੀਆ ਹੋਣੀ ਚਾਹੀਦੀ ਹੈ ਕਿ ਗਰੀਬਾਂ ਲਈ ਕੁਛ ਕੀਤਾ ਜਾਵੇ, ਸਭ ਤੋਂ ਵੱਧ ਗਰੀਬਾਂ ਲਈ ਜੀ। ਸ਼ੁਕਰੀਆ ਜੀ ਫੋਨ ਕਾਲ ਕਰਨ ਲਈ ਜੀ।
बहुत सोहनी गल इन्होंने कही है वह इतने सब तो पहला मैं सल्यूट करना चाहगा भगत पूरन सिंह जी पिंगलवाड़ा वाले जी इन्होंने जी गल कही कई बंदे मायक तौर पर या उस तरह प्रिविलेज नहीं पर उन्हें मन च उत्साह बड़ा जागता है कि असी गरीबों वास्ते कुछ करिए गरीब तो मैं कहना ही नहीं चाहता साढ़े सब एक पिता एक अस्के मुबारक सारे रब दे बनाए असी एक यह जी सृष्टि है उत्थे बच्चे हाँ एको ही पिता मालक है बाकी सब कुछ ड्रामा है तो भगत पूरन सिंह जी अमीर नहीं सन तुहानू सब नू पता होना कि निहायत गरीब परिवार च पैदा होए पर अज उन्होंने सारी दुनिया च मिसाल कायम करती है जी कि गरीब या अमीर होना जरूरी नहीं तुसी जरूरतमंदा की जरूरत वो जरूरत जी विशेष जरूरत थे पिंगलवाड़े तुसी जाके देखो तुहाड़ा दिल दहल जाएगा जी उन्हां असमर्थ और चुनौती याफ्ता बच्चों नू तुसी उन्हां नाल 15 मिनट नहीं रह सकते जिन्हां नाल वो सारी उम्र कट के गए ने अज भी वो बड़ी कामयाबी नाल चल रहे ने सो असी गल कर रहे सां ये उन्हां नू मेरा सलाम है वो अपने आप विच एक युग पुरश सन सो उन्हां दी गल करदे आ मेरा ख्याल है कई दिन ते महीने दूरदर्शन ते सानू मिल जाण तां वी उन्हां दी कंट्रीब्यूशन पूरी नहीं हुंदी सो मैं उन्होंने नमन करदिया होया अपनी गल ते वापस आना कि चौथी लर्निंग डिसेबिलिटी तो बाद चौथी है सोशल डिसेबिलिटी जी कि इमोशनली डिस्टर्ब बच्चे होन या इस तरह डिलिंक्विंट बच्चे होन जिहड़े घरों नट जाते हैं समाज चो नट जाते हैं परे हो जाते हैं सो उस तरह की डिसेबिलिटी सो चार डिसेबिलिटीज़ दे पर अज असी जिहड़ी अहम डिसेबिलिटी है मैंटली चैलेंज मैंटली हैंडीकैप्ड जिन्हां दे ब्रेन करके उन्हां दे बच्चे उन्हां दी गल करांगे क्योंकि जी 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 असला विषय जिहड़ा उन्होंने ताल्लुक जी बड़े ही वधिया ढंग दे नाल तुसी इस विषय नूं दा आगाज़ कीता है जे आपां तुसी एक होर गल कही कि घर दा माहौल स्कूल दा माहौल और पढ़ाई लिखाई तां घर दा माहौल और स्कूल दा योगदान किवें हो सकदा है हाँ बहुत बहुत अच्छी गल कही असी अगे जाके भी डिस्कस करांगे कि स्कूल का तो माहौल जिहड़ा बहुत योगदान जिहड़ा बहुत अच्छा है इसे वास्ते मैं तुहानू दसां भाई जिथे असी गल करन जा रहे हाँ अगे आके दसांगे भाई एक पंजाब स्टेट दे सारे मैंटली चैलेंज स्कूलों के बच्चे उन्हां दीआं गेम्स करवाईआं जा रहीआं ने जिहड़े कल तो शुरू होणीआं ने लुधियाने विच एक लुधियाने दे प्रीमियर इंस्टीट्यूशन विच गुरु नानक पब्लिक स्कूल है उत्थे शुरू हो रही ने सारे पंजाब तो जिहड़े मैंटली चैलेंज बच्चे ने उत्थे इकट्ठे होणगे हर स्कूल की अपनी अपनी टीम आएगी और उन्हां बच्चों नू उत्थे असी तीन दिन वास्ते 9, 10, 11 ਨੂੰ ਉੱਥੇ ਗੇਮਸ ਕਰਾਵਾਂਗੇ ਰੇਸਿਸ ਕਰਾਵਾਂਗੇ ਇਸ ਦਾ ਨਾਂ ਹੈ ਪੰਜਾਬ ਸਟੇਟ ਸਪੈਸ਼ਲ ਓਲੰਪਿਕਸ 2015 ਤੋਂ ਹੋ ਰਹੀਆਂ ਨੇ ਉਹ ਉਸਦਾ ਮਕਸਦ ਹੀ ਇਹੀ ਹੈ ਕਿ ਇੱਕ ਆਰਡਨਰੀ ਭੁੱਖ ਤਾਂ ਬੱਚਿਆਂ ਦੀ ਪੂਰੀ ਕੀਤੀ ਜਾ ਸਕਦੀ ਹੈ ਖਾਣਾ ਖਿਲਾ ਜੀ ਬਿਲਕੁਲ ਜੇ ਪਰ ਜਿਹਨਾਂ ਦੀ ਵਿਸ਼ੇਸ਼ ਘਾਟ ਹੈ ਉਹਨਾਂ ਨੂੰ ਵਿਸ਼ੇਸ਼ ਜ਼ਰੂਰਤ ਹੈ ਅਤੇ ਵਿਸ਼ੇਸ਼ ਜ਼ਰੂਰਤ ਕਿਹੜੀ ਹੈ ਜਿਹੜੇ ਭਾਈ ਸਾਹਿਬ ਕੁਸ਼ਚਨ ਵੀ ਪੁੱਛ ਰਹੇ ਸਨ ਉਹਨਾਂ ਦੀ ਗੱਲ ਦਾ ਵੀ ਜਵਾਬ ਆਏਗਾ ਵਿਸ਼ੇਸ਼ ਜ਼ਰੂਰਤ ਹੈ ਕਿ ਸਨੇਹ ਪਿਆਰ ਬਿਲਕੁਲ ਕੇਅਰ ਕੰਸਰਨ ਅਟੈਂਸ਼ਨ ਇਹ ਜ਼ਰੂਰੀ ਹੈ ਇਹ ਜਿਹੜੀ ਸਿੰਜਣ ਹੈ ਨਾ ਪਿਆਰ ਸਨੇਹ ਕੇਅਰ ਅਟੈਂਸ਼ਨ ਨਾਲ ਇਹ ਸਿੰਜਣ ਨਾਲ ਕੋਈ ਵੀ ਜੀਵ ਜਿਹੜਾ ਜਿਸ ਤਰ੍ਹਾਂ ਕਿ ਪਾਣੀ ਹਵਾ ਸਾਨੂੰ ਸਿੰਜਦੀ ਆ ਅਤੇ ਬੂਟਾ ਉੱਭਰ ਪੈਂਦਾ ਫੁੱਲ ਖਿੜ ਪੈਂਦਾ ਨਾ ਇਸ ਤਰ੍ਹਾਂ ਇਹ ਬੱਚੇ ਅਪ ਆ ਜਾਂਦੇ ਨੇ ਦਵਾਈਆਂ ਕੰਮ ਨਹੀਂ ਕਰਦੀਆਂ ਅਸੀਂ ਉਹਨਾਂ ਨੂੰ ਮੋਰਲੀ ਬੂਸਟ ਕਰਨਾ ਹੈ ਤੇ ਕਿਸ ਤਰ੍ਹਾਂ ਦਾ ਮੁਕਾਬਲਾ ਜਿਹੜਾ ਉਹ ਕਰਵਾਇਆ ਜਾਂਦਾ ਹੈ ਤੇ ਕੋਈ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਵੀ ਪਹੁੰਚ ਹੈ ਇਹਦੀ ਹਾਂ ਬਿਲਕੁਲ ਬਹੁਤ ਹੀ ਪਿਆਰਾ ਸਵਾਲ ਹੈ ਔਰ ਮੈਂ ਦੱਸਣਾ ਵੀ ਬਹੁਤ ਜ਼ਰੂਰੀ ਸੀ ਨਾਲ ਮੈਂ ਤੁਹਾਨੂੰ ਇੱਥੇ ਵੀ ਦੱਸਾਂ ਦੱਸਣਾ ਜਿਹੜਾ ਨਾ ਦੱਸਾਂ ਤਾਂ ਠੀਕ ਨਹੀਂ ਰਹੇਗਾ ਕਿ ਅਸੀਂ ਇਸ ਵਾਸਤੇ ਬੜੇ ਕੋਮਲ ਹਿਰਦੇ ਵਾਲੇ ਬੰਦੇ ਚੁਣੇ ਨੇ ਜਿਹੜੇ 3 ਦਿਨ ਦੀ ਗੇਮਸ ਵਿੱਚ ਸਦਾਰਤ ਕਰਨਗੇ ਸਾਡੇ ਮੁੱਖ ਮਹਿਮਾਨ ਹੋਣਗੇ ਕਿਉਂਕਿ ਸਾਡਾ ਜਿਹੜੀ ਕਮੇਟੀ ਹੈ ਉਸਦਾ ਇਹ ਸੋਚ ਸੀ ਕਿ ਐਸੇ ਸ਼ਖਸੀਅਤਾਂ ਨੂੰ ਇਸ ਨਾਲ ਜੋੜਿਆ ਜਾਏ ਜਿਹਨੇ ਕੋਮਲ ਹਿਰਦੇ ਦੇ ਹੋਣ ਅਸੀਂ ਪੜਚੋਲ ਕਰਕੇ ਸਮਾਜ ਵਿੱਚ ਉਹ ਦਿੱਤਾ ਇੱਕ ਤਾਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਰਜਤ ਅਗਰਵਾਲ ਨੇ ਜੀ IAS ਉਹ ਉਹਨਾਂ ਦੀ ਲੇਡੀ ਵਾਈਫ ਰਿਤੂ ਅਗਰਵਾਲ ਉਹ ਬੜੇ ਕੋਮਲ ਹਿਰਦੇ ਦੇ ਜਦੋਂ ਅਸੀਂ ਉਹਨਾਂ ਨੂੰ ਇਸ ਬਾਰੇ ਦੱਸਿਆ ਕਿ ਗੇਮਸ ਇੱਥੇ ਹੋ ਰਹੀਆਂ ਨੇ ਅਤੇ ਉਹ ਇੰਨੇ ਤਤਪਰ ਹੋ ਗਏ ਕਿ ਉਹ ਕਹਿੰਦੇ ਮੈਨੂੰ ਦੱਸੋ ਮੈਂ ਕੀ ਕਰਨਾ ਇਸੇ ਤਰ੍ਹਾਂ ਇੱਕ ਹੋਰ ਵੱਡੀ ਸ਼ਖਸੀਅਤ ਡੈਪਟੀ ਡਾਇਰੈਕਟਰ ਜਨਰਲ ਡਾਕਟਰ ਓਮ ਗੌਰੀ ਦੱਤ ਨੇ ਆਪਣੇ ਜਲੰਧਰ ਦੂਰਦਰਸ਼ਨ ਦੇ ਹੀ ਜਿਹੜੇ ਸਰਬਰਾਹ ਨੇ ਉਹਨਾਂ ਨਾਲ ਮੈਂ ਗੱਲ ਕੀਤੀ ਅਤੇ ਮੈਂ ਸਮਝਦਾ ਕਿ ਕਿਤਨਾ ਐਬਜ਼ੋਰਬਿੰਗ ਸ਼ਡਿਊਲ ਹੈ ਉਹਨਾਂ ਦਾ
मैं समझ सकता कि कितने वड्डे अहदे ते तैनात और कितनी उन्होंने दौड़ पा जाती, पर उन्होंने कहा कि मैं सारे प्रोग्राम छोड़ के तुहाडे इस प्रोग्राम ते जरूर आवांगा, क्योंकि मैनू तो इस गल नाल लगाव भी बड़ा है। असी जे हाँ किसी अहदे ते भी, तो साडा पहला मकसद ही यही है कि जे असी कुछ किस तरह भी योगदान पा के उन्हां बच्चों का हौसला अफसाई कर सकते हैं। इस तरह जारी रखांगे। एक दर्शक होर जुड़ चुके हैं। हैलो हैलो हैलो, हाँ जी, सत श्री अकाल जी। हैलो जी, स्वागत कर दे जी प्रोग्राम, थोड़ी आवाज साढ़े तक पहुंच रही है जी। हैलो सत श्री अकाल जी। सत श्री अकाल जी। हैलो, थोड़ी आवाज साढ़े तक पहुंच रही है जी। लगातार गल करते रहो। जसपाल जी पठानकोट तो तुसीं सानूं फोन कर रहे हो। मैं गल करनी सी, जिहड़ा आपां गल कर रहे हां लंगरां वास्ते, गरीब लोकां दी मदद वास्ते, जिहड़ा पैदा होया हथ पैर लैके ओह कोई गरीब नहीं हुंदा। जे आपां उहनां नूं अच्छी एजुकेशन देईए, एजुकेशन देईए लंगर लाउण दी थां ते, ते आपां ओह बच्चा जिहड़ा खुद अपने पैरां ते स्टैंड हो के कुछ कमा सकदा आ, कमाई करके अपना जीवन सफल कर सकदा आ ते पेट पाल सकदा आ। ਦੂਜੀ ਜਿਹੜੀ ਗੱਲ ਇਹ ਹੈ ਜੀ, ਬੱਚੇ ਜਿਹੜੇ ਸੁਣਦੇ ਬੋਲਦੇ ਨੀ ਆ, ਮੰਦ ਬੁੱਧੀ ਆ, ਦੂਜੇ ਇਹਨਾਂ ਵਾਸਤੇ ਆਪਾਂ ਕੋਈ ਇਹੋ ਜਿਹੀ ਸੰਸਥਾ ਖੋਲੀਏ ਜਿਹੜਾ ਇਹ ਯੋਗਦਾਨ ਪਾ ਕੇ ਸੁਣ ਬੋਲ ਕੇ ਤੇ ਆਪਣਾ ਅੱਗੇ ਜੀਵਨ। ਜੀ ਜੀ ਜੀ, ਬਿਲਕੁਲ ਠੀਕ ਗੱਲ ਹੈ। ਇਹਨਾਂ ਦੇ ਸਵਾਲ ਦੇ ਨਾਲ ਮੈਂ ਇੱਕ ਸਵਾਲ ਹੋਰ ਜੋੜ ਦਿੰਦਾ ਕਿ ਸਿੱਖਿਆ ਵਧੀਆ ਹੋਣੀ ਚਾਹੀਦੀ ਹੈ, ਖੇਡਾਂ ਦੀ ਆਪਾਂ ਗੱਲ ਕਰਦੇ ਪਏ ਹਾਂ, ਤੇ ਖੇਡਾਂ ਦਾ ਯੋਗਦਾਨ ਕਿਵੇਂ ਹੋ ਸਕਦਾ ਹੈ ਇਹਦੇ ਬਾਰੇ ਵੀ ਨਾਲ ਦਾ। ਇਹਨਾਂ ਦੇ ਸਵਾਲ ਦੇ ਜਵਾਬ 'ਚ ਮੈਂ ਸੰਖੇਪ ਤੌਰ 'ਤੇ ਕਹਿਣਾ ਚਾਹਾਂਗਾ ਕਿ ਇਹਨਾਂ ਦਾ ਸਵਾਲ ਬਹੁਤ ਹੀ ਉਮਦਾ ਹੈ ਕਿ ਸਿਰਫ ਅਸੀਂ ਗਰੀਬ ਸਮਝ ਕੇ, ਮੈਂ ਤਾਂ ਇਹ ਕਹਿੰਦਾ ਇਹ ਸਾਨੂੰ ਆਪਣੇ ਹਿਰਦਿਆਂ 'ਚ ਹੀ ਕੱਢ ਦੇਣਾ ਚਾਹੀਦਾ ਹੈ ਕਿ ਗਰੀਬ ਨਾਂ ਦੀ ਕੋਈ ਚੀਜ਼ ਹੈ ਜੀ। ਇੱਥੇ ਮੈਂ ਤੁਹਾਨੂੰ ਇੱਕ ਬਹੁਤ ਸੋਹਣੀ ਗੱਲ ਕਹਿਣਾ ਚਾਹੁੰਦਾ, ਮੈਂ ਇੱਕ ਆਰਟੀਕਲ 'ਚ ਵੀ ਲਿਖਿਆ ਰੀਸੈਂਟਲੀ ਕਿ ਸੰਸਾਰਕ ਸਮਰੱਥਾਵਾਂ ਜਿਹੜੀਆਂ ਕਿਸੇ ਵੀ ਬੰਦੇ ਦੀਆਂ ਹੈ ਨੇ, ਜੇ ਉਹਨਾਂ ਨੂੰ ਉਹ ਪੂਲ ਅਪ ਕਰਕੇ ਵਰਤਦਾ ਹੈ ਨਾ ਸਾਰਿਆਂ ਨਾਲ ਸਾਂਝੇ ਤੌਰ 'ਤੇ ਜੀ, ਤਾਂ ਉਸਦੀ ਜਿਹੜੀ ਅਧਿਆਤਮਕ ਸਮਰੱਥਾ ਹੈ ਉਹ ਵੱਧ ਜਾਂਦੀ ਹੈ। ਦੇਖੋ ਇਹ ਬਹੁਤ ਵੱਡਾ ਸਿਧਾਂਤ ਹੈ, ਯਾਦ ਰੱਖਣਾ ਸਾਰੇ ਕਿ ਸੰਸਾਰਕ ਸਮਰੱਥਾਵਾਂ ਤੁਹਾਡੀਆਂ ਧਨ ਕਰਕੇ ਜਿਹੜੀਆਂ ਹੈ ਨੇ, ਜੇ ਉਹਨਾਂ ਨੂੰ ਤੁਸੀਂ ਪੂਲ ਅਪ ਕਰਨ ਵਾਲਾ ਮਨ ਬਣਾ ਲੈਂਦੇ ਹੋ ਤਾਂ ਉਸ ਨਾਲ ਕੀ ਹੁੰਦਾ ਹੈ ਕਿ ਸਾਧਨਾ ਦੇ ਤਲ 'ਤੇ ਤੁਹਾਡੀ ਕੰਸਨਟ੍ਰੇਸ਼ਨ ਵੱਧ ਜਾਂਦੀ ਹੈ। ਜਦੋਂ ਸਾਧਨਾ ਦੇ ਤਲ 'ਤੇ ਤੁਹਾਡੀ ਕੰਸਨਟ੍ਰੇਸ਼ਨ ਵੱਧਦੀ ਹੈ, ਤੁਹਾਡੀ ਅਧਿਆਤਮਕ ਅਵਸਥਾ ਜਿਹੜੀ ਹੈ ਆਪਣੇ ਆਪ ਸੁੱਚੀ ਹੋ ਜਾਂਦੀ ਹੈ। ਜਦੋਂ ਅਧਿਆਤਮਕ ਅਵਸਥਾ ਤੁਹਾਡੀ ਸੁੱਚੀ ਹੋ ਜਾਂਦੀ ਹੈ, ਰੱਬ ਨਾਲ ਤੁਹਾਡਾ ਜਿਹੜਾ ਨਾ 0 ਨੰਬਰ ਦਾ ਫੋਨ ਜੁੜ ਜਾਂਦਾ ਹੈ, ਫਿਰ ਤੁਸੀਂ ਬਿਲਕੁਲ ਮਹਿਫੂਜ਼ ਹੋ। ਫਿਰ ਕਰੋਗੇ ਤੁਸੀਂ, ਪਰ ਅੰਦਰ ਉਹ ਵਸ ਰਿਹਾ ਹੋਏਗਾ, ਕਰਾ ਰਿਹਾ ਹੋਏਗਾ, ਅਤੇ ਸੋਭਾ ਅਤੇ ਸਫਲਤਾਵਾਂ ਤੁਹਾਡੇ ਚਰਨ ਚੁੰਮਣਗੀਆਂ ਜੀ। ਇਹ ਇਸ ਵਾਸਤੇ ਮੈਂ ਇਹਨਾਂ ਨੂੰ ਕਹਿ ਰਿਹਾ, ਇਸ ਵਾਸਤੇ ਕਦੇ ਕਿਸੇ ਨੂੰ ਗਰੀਬ ਨਾ ਸਮਝੋ ਜੀ। ਤੁਸੀਂ ਪਹਿਲੇ ਤਾਂ ਆਪਣੇ ਆਪ ਨੂੰ ਸੋਚੋ। ਇੱਕ ਬੰਦਾ ਸੀ, ਮੈਂ ਤੁਹਾਨੂੰ ਦੱਸਾਂ ਕਿ ਰੱਬ ਨੂੰ ਬੜਾ ਹੀ ਕਹਿੰਦਾ ਸੀ, ਮਤਲਬ ਹਰ ਵੇਲੇ ਕਹਿੰਦਾ ਰਹਿੰਦਾ ਸੀ, ਰੱਬ ਨੂੰ ਗਾਲਾਂ ਕੱਢਦਾ ਰਹਿੰਦਾ ਸੀ। ਗਰੀਬ ਸੀ ਅਤੇ ਉਹ ਕਹਿੰਦਾ ਕਿ ਮੈਨੂੰ ਕੁਝ ਨਹੀਂ ਦਿੱਤਾ ਉਹ, ਕਿਉਂਕਿ ਅਸੀਂ ਆਮ ਤੌਰ 'ਤੇ ਸਮਾਜ ਵਿੱਚ ਜਿਹੜੀ ਧਾਰਨਾ, ਦੂਜੇ ਨੂੰ ਵੱਧਦਾ ਦੇਖ ਕੇ ਅਸੀਂ ਬਹੁਤ ਦੁਖੀ ਹੁੰਦੇ ਹਾਂ, ਅਤੇ ਉਹ ਹਰ ਵੇਲੇ ਕਹੇ ਕਿ ਜੀ ਰੱਬ ਨੇ ਮੈਨੂੰ ਕੀ ਦਿੱਤਾ, ਮੈਨੂੰ ਕੀ ਦਿੱਤਾ, ਮੈਨੂੰ ਦਿੱਤਾ। ਇੱਕ ਸਾਧੂ ਮਹਾਰਾਜ ਆ ਗਏ, ਅਸਲ ਸਾਧੂ ਸਨ, ਯਾਦ ਰੱਖੋ। ਤੋ ਉਹ ਆ ਗਏ, ਉਹ ਕਹਿਣ ਲੱਗੇ ਬਈ ਇਸ ਤਰ੍ਹਾਂ ਤੈਨੂੰ ਕੀ ਤਕਲੀਫ ਹੈ, ਗਾਲਾਂ ਕੱਢਦਾ ਰਹਿੰਦਾ ਰੱਬ ਨੂੰ। ਉਹ ਕਹਿਣ ਲੱਗਾ ਕੀ ਦਿੱਤਾ ਰੱਬ ਨੇ ਮੈਨੂੰ? ਉਹ ਕਹਿਣ ਲੱਗਾ ਤੈਨੂੰ ਰੱਬ ਨੇ ਬੜਾ ਅਮੀਰ ਬਣਾਇਆ। ਕਹਿੰਦਾ ਬਾਬਾ ਤੂੰ ਵੀ ਮੇਰੇ ਜਿਹਾ ਹੀ ਹੈ, ਤੂੰ ਐਵੇਂ ਗੱਲਾਂ ਕਰੀ ਜਾਂਦਾ। ਉਹ ਕਹਿਣ ਲੱਗਾ ਨਹੀਂ ਨਹੀਂ ਮੈਂ ਤਾਂ ਬੜਾ ਸੁੱਖੀ ਹਾਂ, ਰੱਬ ਨੇ ਬਹੁਤ ਕੁਝ ਦਿੱਤਾ। ਕਹਿੰਦਾ ਤੈਨੂੰ ਕੁਝ ਦਿੱਤਾ? ਗਲੀ ਗਲੀ ਘੁੰਮਦਾ ਪਿਆ। ਉਹ ਕਹਿਣ ਲੱਗਾ ਇਸ ਤਰ੍ਹਾਂ ਕਰ ਬਾਈ, ਤੈਨੂੰ ਕਿੰਨੇ ਪੈਸੇ ਚਾਹੀਦੇ? ਕਹਿੰਦੇ ਮੈਨੂੰ 1,00,000 ਮਿਲ ਜਾਏ। ਉਹ ਕਹਿਣ ਲੱਗਾ ਕੋਈ ਗੱਲ ਨਹੀਂ, ਮਿਲ ਜਾਂਦਾ। ਕਹਿੰਦਾ ਇੱਕ ਪੈਰ ਯਾਰ ਮੈਨੂੰ ਦੇ ਦੇ, ਆਪਣਾ 1,00,000 ਤੈਨੂੰ ਦੇ ਦਿੰਦੇ ਹਾਂ। ਕਹਿੰਦਾ ਪੈਰ? ਕਹਿੰਦਾ ਹੱਦ ਹੋ ਗਈ। ਉਹ ਕਹਿਣ ਲੱਗਾ ਤੂੰ ਕਹਿੰਦਾ ਮੈਂ ਗਰੀਬ ਹਾਂ ਤੇਰੇ ਕੋਲ, ਤੂੰ ਮੈਨੂੰ ਇੱਕ ਪੈਰ ਦੇ ਦੇ, ਤੈਨੂੰ 1,00,000 ਦੇ ਦਿੰਦੇ, ਤੇਰੇ ਵਾਸਤੇ 1,00,000 ਅਮੀਰਤ ਹੈ ਜੀ। ਹੈਂ? ਕਹਿੰਦਾ ਕਈ ਲੰਗੜੇ ਫਿਰਦੇ ਨੇ, ਤੂੰ ਵੀ ਫਿਰੀ ਜਾਈ। ਕਹਿੰਦਾ ਨਹੀਂ ਪੈਰ ਨਹੀਂ। ਕਹਿੰਦਾ ਕੋਈ ਹੋਰ ਦੇ ਦੇ। ਕਹਿੰਦਾ ਕੋਈ ਹੋਰ ਮੰਗ। ਕਹਿੰਦਾ ਉਹ ਕਹਿਣ ਲੱਗਾ ਹੱਥ ਦੇ ਦੇ, ਸੱਜੇ ਹੱਥ ਨਾਲ ਕੰਮ ਕਰਨਾ, ਖੱਬਾ ਹੱਥ ਦੇ ਦੇ। ਸੋ ਕਹਿੰਦਿਆਂ ਉਹ ਕਹਿਣ ਲੱਗਾ ਨਹੀਂ, ਅੱਛਾ ਅੱਖ ਤਰੀ ਦੇ ਦਿੰਦੇ ਹਾਂ, ਵੇਚ ਦਿੰਦੇ ਹਾਂ, ਅੱਖ ਵਿਕਦੀ ਹੈ। ਸੋ ਉਸਨੂੰ ਅਹਿਸਾਸ ਦਵਾਇਆ ਉਸਨੇ ਕਿ ਰੱਬ ਨੇ ਤੁਹਾਨੂੰ ਬਹੁਤ ਅਮੀਰ ਬਣਾਇਆ ਹੈ। ਉਹਨਾਂ ਬੱਚਿਆਂ ਵੱਲ ਦੇਖੋ ਜਿਹੜੇ ਮੰਦ ਬੁੱਧੀ ਨੇ, ਉਹਨਾਂ ਬੱਚਿਆਂ ਵੱਲ ਦੇਖੋ ਜਿਹੜੇ। ਸੋਹਣੀਆਂ ਕਹਾਣੀਆਂ ਸੁਣਾ ਕੇ ਸਾਨੂੰ ਬਹੁਤ ਵਧੀਆ ਤਰ੍ਹਾਂ ਸਮਝਾ ਰਹੇ ਹੋ, ਗੱਲਬਾਤ ਇਸ ਤਰ੍ਹਾਂ ਕਰਦੇ ਰਵਾਂਗੇ ਜੀ। ਗੀਤ ਸਾਡਾ ਬਿਲਕੁਲ ਤਿਆਰ ਹੈ, ਜੁੜਦੇ ਗੀਤ ਨਾਲ। ਸੁਣਾ 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 ਮੇਰਾ ਯਾਰ, ਮੈਨੂੰ ਕਰੇ ਉਹ ਪਿਆਰ।
ਤੁਸੀਂ ਵੇਖ ਰਹੇ ਹੋ ਜੀ ਪ੍ਰੋਗਰਾਮ ਗੱਲਾਂ ਤੇ ਗੀਤ ਤੇ ਅਸੀਂ ਗੱਲਬਾਤ ਕਰ ਰਹੇ ਕਿ ਚੁਣੌਤੀ ਜਾਪਦਾ ਬੱਚੇ ਉਤਸ਼ਾਹਿਤ ਕਰਨ ਲਈ ਸਮਾਜ ਦਾ ਕੀ ਯੋਗਦਾਨ ਹੋਣਾ ਚਾਹੀਦਾ ਹੈ ਜੀ। ਗੀਤ ਤੋਂ ਪਹਿਲਾਂ ਆਪਾਂ ਖੇਡਾਂ ਦੀ ਗੱਲ ਕਰਦੇ ਪਏ ਸੀਗੇ ਕਿ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ 'ਤੇ ਖੇਡਾਂ ਹੋ ਰਹੀਆਂ ਨੇ, ਕਿ ਪੰਜਾਬ ਤੋਂ ਵੀ ਉਹਦੇ ਵਿੱਚ ਬੱਚੇ ਜਾਂਦੇ ਨੇ? ਹਾਂ, ਮੈਂ ਤੁਹਾਡੇ ਸਵਾਲ ਤੋਂ ਪਹਿਲਾਂ ਇੱਕ ਜਿਹੜੇ ਸਾਡੇ ਸਰੋਤਾ ਸੀ ਉਹਨਾਂ ਦਾ ਇੱਕ ਸਵਾਲ ਸੀ ਕਿ ਚੁਣੌਤੀ ਯਾਫਤਾ ਵਰਡ ਜਿਹੜਾ ਹੈ ਉਹ ਸ਼ਾਇਦ ਕਰੈਕਟ ਨਹੀਂ ਹੈ। ਮੈਂ ਉਹਨਾਂ ਦੇ ਗਿਆਤ ਵਾਸਤੇ ਦੱਸਣਾ ਬਹੁਤ ਜ਼ਰੂਰੀ ਸਮਝਾਂਗਾ ਕਿ ਲਫ਼ਜ਼ ਤਾਂ ਹੋਰ ਵੀ ਬੜੇ ਨੇ, ਮਨ ਬੁੱਧੀ ਬੱਚੇ। ਜਿਸ ਤਰ੍ਹਾਂ ਪਹਿਲਾਂ ਲੋਕ ਕੀ ਕਹਿੰਦੇ ਸਨ, ਬੜਾ ਕੁਛ ਕਹਿ ਦਿੰਦੇ ਸਨ ਕਿ ਮੈਂਟਲੀ ਚੈਲੇਂਜ। ਮੈਂਟਲੀ ਚੈਲੇਂਜ ਵੀ ਪੋਜ਼ਿਟਿਵ ਵਰਡ ਹੈ, ਮੈਂਟਲੀ ਰਿਟਾਰਡਿਡ ਨਾਮ ਤੌਰ 'ਤੇ। ਮੈਂ ਸ਼ੁਰੂ ਇੱਥੋਂ ਕੀਤਾ ਸੀ ਕਿ ਅਸੀਂ ਉਹਨਾਂ ਦਾ ਹੌਸਲਾ ਵਧਾਉਣਾ ਹੈ, ਔਰ ਸ਼ੀਰਸ਼ਕ ਵੀ ਇਹੀ ਹੈ, ਅਸੀਂ ਆਪ ਸੋਚ ਕੇ ਐਸੇ ਲਫ਼ਜ਼ ਸੋਚੇ ਨੇ ਜਿਸ ਤੋਂ ਕਿ ਪੜ੍ਹ ਕੇ ਵੀ ਕਿਸੇ ਨੂੰ ਵੀ ਸੈਟਬੈਕ ਨਾ ਮਿਲੇ, ਕਿਉਂਕਿ ਪੇਰੈਂਟਸ ਵੀ ਦੇਖ ਰਹੇ ਨੇ ਜਿਹਨਾਂ ਦੇ ਬੱਚਿਆਂ ਨੂੰ, ਜਿਹੜੇ ਬੱਚੇ ਉਹਨਾਂ ਦੇ ਬੱਚੇ ਮੰਦ ਬੁੱਧੀ ਨੇ। ਸੋ ਅਸੀਂ ਉਹਨਾਂ ਨੂੰ ਚੁਣੌਤੀ ਯਾਫਤਾ ਇਸ 'ਤੇ ਕਹਿੰਦੇ ਹਾਂ ਕਿ ਉਹਨਾਂ ਦੇ ਸਨਮੁੱਖ, ਬਗੈਰ ਉਹਨਾਂ ਦੇ ਪਤਾ, ਉਹਨਾਂ ਦੇ ਸਨਮੁੱਖ ਸੰਸਾਰਕ ਸੰਸਾਰ ਵਿੱਚ ਵਿਚਰਦੇ ਹਾਂ। ਬਹੁਤ ਵੱਡੀ ਚੁਣੌਤੀ ਹੈ ਜੀ, ਜਿਹੜੀ ਕਿ ਉਹ ਬੇਜ਼ਬਾਨਿਆਂ ਨੂੰ ਬਚਪਨ ਤੋਂ ਅੱਛੀ ਉਮਰ ਤੱਕ ਆਉਣ ਤੱਕ ਪਤਾ ਵੀ ਨਹੀਂ ਹੁੰਦੀਆਂ। ਸੋ ਇਸ ਵਾਸਤੇ ਚੁਣੌਤੀ ਯਾਫਤਾ ਨੇ, ਚੁਣੌਤੀਆਂ ਦੇ ਭਰਪੂਰ ਨੇ ਉਹ, ਅਤੇ ਅਸੀਂ ਕੀ ਕਰਨਾ? ਇਸ ਵਾਸਤੇ ਅਸੀਂ ਆਪਣੇ ਆਪ ਨੂੰ ਬਹੁਤ ਅਮੀਰ ਉਸ ਪਿਤਾ ਦੇ ਬੱਚੇ ਸਮਝੀਏ, ਅਤੇ ਇਹ ਵੀ ਸਮਝੀਏ ਕਿ ਸਾਰਾ ਸੰਸਾਰ, ਸਾਰੀ ਸ੍ਰਿਸ਼ਟੀ ਇੱਕ ਪਰਿਵਾਰ ਹੈ, ਅਤੇ ਉਸ ਵਿੱਚ ਸਾਡੇ ਹੀ ਜਿਹੜੇ ਹੈ ਭਰਾ ਨੇ, ਇੱਕ ਪਿਤਾ ਇੱਕ ਸਕੇ ਅੰਬਾਰਕ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ ਜੀ, ਉਹ ਸਾਡੇ ਹੀ ਵੀਰ ਨੇ, ਅਤੇ ਅਸੀਂ ਜਿਸ ਤਰ੍ਹਾਂ ਪੂਲ ਕਰਨਾ। ਮੈਂ ਇਸ ਤਰ੍ਹਾਂ ਕਿਹਾ ਸੀ, ਸੰਸਾਰਕ ਸਮਰੱਥਾਵਾਂ 'ਚ ਵਿੱਚ ਧਨ ਵੀ ਆ ਜਾਂਦਾ, ਸਿਰਫ ਧਨ ਨਹੀਂ ਆਉਂਦਾ। ਅਸੀਂ ਆਮ ਤੌਰ 'ਤੇ ਸਮਝਦੇ ਧਨ ਨਹੀਂ ਆਉਂਦਾ, ਧਨ ਆਉਂਦਾ। ਜੇ ਸਾਡੇ ਲਿਮਸ ਪੂਰੇ ਨੇ ਤਾਂ ਅਸੀਂ ਬਹੁਤ ਅਮੀਰ ਹਾਂ ਉਸ ਬੱਚੇ ਪਿਤਾ ਦੇ ਬੱਚੇ। ਤਾਂ ਉਹ ਉਹਨਾਂ ਵਾਸਤੇ ਚੁਣੌਤੀ ਹੈ। ਅਸੀਂ ਇਹ ਲਫ਼ਜ਼ ਸ਼ਾਇਦ ਗੈਰ ਢੁੱਕਵਾਂ ਇਸ ਵਾਸਤੇ ਲੱਗਦਾ ਹੈ ਕਿ ਪੂਰਾ ਉਹਨਾਂ ਨੂੰ ਬਿਆਨ ਨਹੀਂ ਕਰ ਰਿਹਾ, ਅਸੀਂ ਪੂਰਾ ਬਿਆਨ ਹੀ ਨਹੀਂ ਕਰਨਾ ਚਾਹੁੰਦੇ। ਅਸੀਂ ਤਾਂ ਇਹ ਅਰਦਾਸ ਕਰਦੇ ਹਾਂ ਕਿ ਸਾਡਾ ਕਿਸੇ ਤਰ੍ਹਾਂ ਦਾ ਯੋਗਦਾਨ, ਅਮੀਰ ਬੰਦੇ ਦਾ ਯੋਗਦਾਨ ਜ਼ਰੂਰੀ ਨਹੀਂ। ਮੈਂ ਸਮਝਦਾ ਕਿ ਇਹ ਜਿਹੜਾ ਅਸੀਂ ਪ੍ਰੋਗਰਾਮ ਹੀ ਕਰ ਰਹੇ ਹਾਂ, ਇਸ ਪ੍ਰੋਗਰਾਮ ਨੂੰ ਕਰਨ ਵਾਸਤੇ ਕਿਸੇ ਕੋਲ ਵੀ ਅਸੀਂ ਕਿਹਾ ਤਾਂ ਕਹਿੰਦੇ ਦੱਸੋ ਕਿੰਨੇ ਪੈਸੇ ਚਾਹੀਦੇ ਨੇ? ਪੈਸੇ ਨਹੀਂ ਚਾਹੀਦੇ, ਤੁਹਾਡੀ ਹਾਜ਼ਰੀ ਚਾਹੀਦੀ ਹੈ, ਤੁਹਾਡਾ ਯੋਗਦਾਨ ਚਾਹੀਦਾ ਕਿ ਉਹਨਾਂ ਬੱਚਿਆਂ ਨੂੰ ਸਨੇਹ ਦਿਓ, ਪਿਆਰ ਦਿਓ, ਉਹਨਾਂ ਨੂੰ ਪਤਾ ਲੱਗੇ ਕਿ ਜੇ 450 ਬੱਚੇ ਪੰਜਾਬ ਤੋਂ ਇਕੱਠੇ ਹੋ ਕੇ ਆਏ ਹਾਂ ਤਾਂ ਇੱਥੇ 4,000 ਸਾਨੂੰ ਦੇਖਣ ਵਾਲੇ ਨੇ, ਸਲਾਹਣ ਵਾਲੇ ਨੇ। ਅਸੀਂ ਉਸ ਪ੍ਰੋਗਰਾਮ ਵਿੱਚ ਉਸ ਉਹਨਾਂ ਰੇਸਿਸ ਵਿੱਚ ਕੁਝ ਨਹੀਂ ਕਰਨਾ, ਅਸੀਂ ਹਰ ਬੱਚੇ ਨੂੰ ਕੋਈ ਨਾ ਕੋਈ ਮੈਡਲ ਦੇ ਕੇ ਤੋਰਨਾ ਕਿ ਯੂ ਆਰ ਏ ਵਿਨਰ, ਤੂੰ ਤਾਂ ਰੇਸ ਵਿੱਚ ਹੈ ਹੀ ਬੜਾ ਅੱਗੇ ਹੈ, ਤੂੰ ਤਾਂ ਦੌੜ ਵਿੱਚ ਬੜਾ ਅੱਗੇ ਹੈ। ਸਾਡਾ ਪਰਪਜ਼ ਉਹਨਾਂ ਦਾ ਮੋਰੇਲ ਬੂਸਟ ਕਰਨਾ ਜੀ। ਇਹ ਨੈਤਿਕਤਾ ਦੇ ਤੌਰ 'ਤੇ ਜੇ ਅਸੀਂ ਸੰਸਾਰ ਜਨਮੇ ਹਾਂ ਤਾਂ ਸਾਡਾ ਫਰਜ਼ ਹੈ। ਕਾਰਨ ਮੈਂ ਤੁਹਾਨੂੰ ਦੱਸਾਂ ਕਿ ਤੁਹਾਨੂੰ ਪਤਾ ਹੋਣਾ, ਵੱਡੇ ਵੱਡੇ ਸੈਲੀਬ੍ਰਿਟੀਜ਼, ਬੜੀ ਇੱਕ ਇੰਟਰਸਟਿੰਗ ਗੱਲ ਮੈਨੂੰ ਯਾਦ ਆਈ ਹੈ, ਐਕਟ੍ਰੈਸਿਸ, ਐਕਟਰ, ਫੋਰਨ ਕੰਟਰੀ 'ਚ ਜਿਹੜੇ ਰਿਚ ਬੰਦੇ ਨੇ ਯੂਰਪ ਦੇ, ਹੋਰ ਕੁੱਤਿਆਂ ਬਿੱਲੀਆਂ ਨਾਲ ਪਿਆਰ ਕਰਦੇ ਨੇ ਜੀ, ਉਹਨਾਂ ਦੇ ਨਾਲ ਸਾਰੀ ਜਾਇਦਾਦ ਉਹਨਾਂ ਦੇ ਨਾਲ ਲਗਾ ਜਾਂਦੇ ਨੇ ਜੀ। ਤੁਸੀਂ ਅਖਬਾਰਾਂ 'ਚ ਪੜ੍ਹਦੇ ਹੋਵੋਗੇ, ਬਿਲਕੁਲ ਜੀ, ਇਸ ਗੱਲ ਨੂੰ ਜ਼ਰੂਰ ਕਰਾਂਗੇ, ਮਾਫੀ ਚਾਹੁੰਦੀ। ਫਿਰ ਤੁਹਾਨੂੰ ਰੋਕਣ, ਇੱਕ ਦਰਸ਼ਕ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਜੀ। ਤੁਹਾਨੂੰ ਸਵਾਗਤ ਹੈ ਜੀ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ। ਹੈਲੋ, ਸਵਾਗਤ ਕਰਦੇ ਹਾਂ ਜੀ, ਮਨਜੀਤ ਕੌਰ ਜੀ। ਹੈਲੋ ਹੈਲੋ, ਮਨਜੀਤ ਕੌਰ ਜੀ ਰੋਪੜ ਤੋਂ ਸਾਨੂੰ ਫੋਨ ਕਰ ਰਹੇ ਨੇ। ਜਿਸ ਇਨਸਾਨ ਚ ਦਇਆ ਹੈ, ਦਇਆ ਹੈ, ਸੰਤੋਖ ਹੈ, ਉਹੀ ਇਨਸਾਨ ਧਾਰਮਿਕ ਹੈ। ਲਿਬਾਸ ਦਾ ਨਾਮ ਧਾਰਮਿਕ ਹੋਣਾ ਨਹੀਂ ਹੈ। ਤੇ ਇਹ ਜੋ ਬੱਚੇ ਮੰਦਬੁੱਧੀ ਆ ਇਸ ਤਰ੍ਹਾਂ ਕਹਿੰਦੇ ਆ, ਉਹ ਇੱਕ ਤਰ੍ਹਾਂ ਦੇ ਭਗਤ ਸਰੂਪ ਹੁੰਦੇ ਆ, ਪਰਮਾਤਮਾ ਨਾਲ ਜੁੜੀਆਂ ਹੋਈਆਂ ਰੂਹਾਂ ਹੁੰਦੀਆਂ ਹੈ। ਅਸੀਂ ਉਹਨਾਂ ਦੀ ਸੇਵਾ ਕਰਦੇ ਨੂੰ ਕੁਛ ਦਿੰਦੇ ਹਾਂ ਤਾਂ ਇਹ ਸਮਝ ਕੇ ਦਈਏ, ਦਇਆ ਕਰਕੇ, ਇਸ ਤਰ੍ਹਾਂ ਨਾ ਸੋਚੀਏ ਕਿ ਅਸੀਂ ਦਾਤੇ ਹੈ, ਬਲਕਿ ਇਹ ਸੋਚੀਏ ਕਿ ਦਾਤੇ ਨੇ ਉਹਦੀ ਜੋ ਚੀਜ਼ ਸੀ ਸਾਡੇ ਕੋਲ ਦਿੱਤੀ, ਅਸੀਂ ਉਹਨੂੰ
ਛੁਟਵਾਈ ਹੈ, ਉਹਦੀ ਚੀਜ਼ ਇਹ ਸਮਝ ਕੇ ਦਿੱਤੀ ਹੈ ਕਿ ਪਰਮਾਤਮਾ ਨੇ ਮੇਰੇ ਕੋਲ ਦਿੱਤੀ ਉਹ ਚੀਜ਼, ਮੈਂ ਆਪਣਾ ਆਪ ਦਾਤਾ ਬਣ ਨਾ ਬਣੀਏ। ਅਤੇ ਮਤਲਬ ਇੱਕ ਦਇਆ ਹੈ ਜੋ ਉਹੀ ਬੰਦੇ ਨੂੰ ਧਾਰਮਿਕ ਬਣਾਉਂਦੀ ਹੈ, ਦਇਆ ਨਾਲੇ ਸੰਸਾਰ 'ਚ ਸ਼ੁੱਧਤਾ ਆਉਂਦੀ ਹੈ। ਧੰਨਵਾਦ ਜੀ, ਸ਼ੁਕਰੀਆ। ਬੜਾ ਵਧੀਆ ਇਹਨਾਂ ਨੇ ਸੰਦੇਸ਼ ਦਿੱਤਾ ਹੈ ਕਿ ਮਨ ਨੀਵਾ ਮਤ ਉੱਚੀ, ਬਹੁਤ ਸੋਹਣੀ ਗੱਲ ਕੀਤੀ ਹੈ ਇਹਨਾਂ ਨੇ, ਅਨਮੋਲ ਗੱਲ ਕੀਤੀ ਹੈ ਇਹਨਾਂ ਨੇ ਅਨਮੋਲ ਜੀ। ਅਤੇ ਗੱਲ ਇਹ ਹੈ ਕਿ ਧੌਲ ਧਰਮ ਦਇਆ ਕਾ ਪੂਤ ਜੀ, ਪਰ ਦਇਆ ਦੇ ਅਸੂਲ ਨੂੰ ਤਾਂ ਸੂਲ ਪੈ ਗਿਆ ਨਾ, ਦਇਆ ਹੈ ਕਿੱਥੇ, ਸੂਲ ਸਮਝਦੇ ਹੋ ਨਾ ਜੀ, ਦਇਆ ਦੇ ਅਸੂਲ ਨੂੰ ਸੂਲ ਪੈ ਗਿਆ। ਮੈਂ ਇੱਕ ਹਫ਼ਤਾ ਵੀ ਲਿਖੀ, ਅੱਜ ਮੈਂ ਲਿਆਇਆ ਨਹੀਂ ਕਿਉਂਕਿ ਅੱਜ ਵਿਸ਼ਾ ਹੋਰ ਸੀ, ਅਤੇ ਮੇਰਾ ਆਪਣਾ ਵੀ ਮਨ ਸਾਰਾ ਉਹਨਾਂ ਬੱਚਿਆਂ ਵੱਲ ਲੱਗਾ ਜਿਨ੍ਹਾਂ ਨੇ ਕੱਲ੍ਹ ਉੱਥੇ 3 ਦਿਨ ਵਾਸਤੇ ਆਉਣਾ, ਕਿ ਦਇਆ ਦੇ ਅਸੂਲ ਨੂੰ ਜਾਗ੍ਰਿਤ ਕਰਨ ਵਾਸਤੇ ਹੀ ਸ਼ਹਿਰ ਦੇ ਵਿੱਚ ਇੱਕ ਬਹੁਤ ਪੌਸ਼ ਇਲਾਕੇ ਵਿੱਚ ਇੱਕ ਸਕੂਲ ਵਿੱਚ ਕਰ ਰਹੇ ਹਾਂ, ਤਾਂ ਕਿ ਉਹਨਾਂ ਦੇ ਪੜ੍ਹਨ ਆਏ ਹੋਏ ਬੱਚੇ ਜਿਹੜੇ ਨੇ ਉਹਨਾਂ 'ਤੇ ਇਸ ਗੱਲ ਦਾ ਅਸਰ ਹੋਵੇ ਕਿ ਉਹਨਾਂ ਦੇ ਸਕੂਲ ਵਿੱਚ ਇਹ ਪ੍ਰੋਗਰਾਮ ਜਿਹੜਾ ਕਿਸੇ ਰਿਜ਼ੋਰਟ 'ਚ ਵੀ ਕੀਤਾ ਜਾ ਸਕਦਾ ਸੀ, ਪਰ ਨਹੀਂ, ਇਹ ਜਿਹੜਾ ਲੋਕੇਸ਼ਨਲ ਡਿਸੀਜਨ ਹੈ ਇਹ ਬਹੁਤ ਹੀ ਸੋਚ ਸਮਝ ਕੇ ਲਿਆ ਜਾਂਦਾ ਕਿ ਐਸੀ ਜਗ੍ਹਾ ਕਰੋ ਕਿ ਉੱਥੇ ਦੀ ਹਵਾ ਨੂੰ ਵੀ ਪਤਾ ਲੱਗੇ ਕਿ ਇੱਥੇ ਕਿਉਂ ਇਹ ਗੱਲ ਹੋ ਰਹੀ ਹੈ ਜੀ, ਕਿਉਂਕਿ ਜਿਹੜੀ ਹਵਾ ਅਸੀਂ ਨੇਲ ਕਰਦੇ ਹਾਂ ਨਾ, ਪਵਨ ਗੁਰੂ ਪਾਣੀ ਪਿਤਾ, ਪਵਨ ਜਿਹੜੀ ਹੈ ਗੁਰੂ ਹੈ, ਟੀਚਰ ਹੈ, ਏਅਰ ਦੈਟ ਯੂ ਇਨਹੇਲ ਦੈਟ ਟੀਚਿਜ਼ ਯੂ ਅ ਲੋਟ। ਜੇ ਗੰਦੀ ਹਵਾ ਇਨਹੇਲ ਕਰੋਗੇ ਤਾਂ ਗੰਦ ਸੋਚੋਗੇ, ਜੇ ਉਹ ਦੇਖਣਗੇ ਕਿ 3 ਦਿਨ ਵਾਸਤੇ 3 ਦਿਨ ਵਾਸਤੇ ਬੱਚੇ ਆਏ ਨੇ, ਉਹ ਮੈਂਟਲੀ ਰਿਟਾਰਡਡ ਨੇ, ਉਹ ਅਸੀਂ ਪੂਰੋ ਨਾ, ਅਸੀਂ ਪੂਰੇ ਹਾਂ, ਉਹ ਬੱਚੇ ਦੇਖੋ ਜਿਹੜੇ ਉਸ ਸਕੂਲ ਦੇ ਬੱਚੇ ਨੇ, ਹੋਰ ਸੀਕਰਡ ਹਾਰਟ ਦੇ ਬੱਚੇ ਨੇ ਲੁਧਿਆਣੇ ਦੇ, ਉਹ ਉੱਥੇ ਕਲਚਰਲ ਪ੍ਰੋਗਰਾਮ ਇਹਨਾਂ ਬੱਚਿਆਂ ਵਾਸਤੇ ਪੇਸ਼ ਕਰ ਰਹੇ ਨੇ ਦੂਸਰੇ ਦਿਨ ਦੀ ਸ਼ਾਮ ਨੂੰ। ਸੋ ਬੜਾ ਅੱਛਾ ਪ੍ਰੋਗਰਾਮ ਉਲੀਕਿਆ ਗਿਆ। ਤੋ ਮੈਂ ਇਹ ਕਹਿੰਦਾ ਕਿ ਉਹਨਾਂ ਬੱਚਿਆਂ ਨੂੰ ਇਸ ਪ੍ਰੋਗਰਾਮ ਦੇ ਥਰੂ ਸਨੇਹ, ਪਿਆਰ, ਕੇਅਰ, ਕੰਸਰਨ ਸ਼ੋਅ ਕੀਤਾ ਜਾਏਗਾ, ਦਿੱਤਾ ਜਾਏਗਾ ਸ਼ਹਿਰ ਵਾਸੀਆਂ ਵੱਲੋਂ, ਰਾਜ ਵਾਸੀਆਂ ਵੱਲੋਂ, ਅਤੇ ਉਮਦਾ ਸੀਟਾਂ 'ਤੇ ਵਿਰਾਜਮਾਨ ਵੱਡੇ ਓਫਿਸ਼ੀਅਲਸ ਵੱਲੋਂ, ਤਾਂ ਜੇ ਅਸੀਂ ਸੋਚਦੇ ਹਾਂ ਕਿ ਮੋਰਲੀ ਤੌਰ 'ਤੇ, ਸਾਈਕੋਲੋਜੀਕਲੀ, ਮਨੋਵਿਗਿਆਨਿਕ ਤੌਰ 'ਤੇ ਹੁਣ ਜਿਹੜਾ ਯੋਗਦਾਨ ਪਾਇਆ ਜਾ ਸਕਦਾ, ਜਿਹੜਾ ਮੈਂ ਕਿਹਾ ਸੰਸਾਰਕ ਸਮਰੱਥਾ, ਜਿਸ ਜਿਸ ਦੀ ਜਿਹੜੀ ਸੰਸਾਰਕ ਸਮਰੱਥਾ ਹੈ, ਉਹ ਜੇ ਆਪਣਾ ਯੋਗਦਾਨ ਪਾਏਗਾ ਅਤੇ ਜਿਹੜਾ ਹੈ ਨਾ ਉਸ ਅੱਛੇ ਤਾਂ ਸਾਧਨਾ ਦੇ ਤਲ 'ਤੇ ਉਸਦਾ ਮਨ ਜਦੋਂ ਉੱਪਰ ਵਾਲੇ ਨੂੰ ਯਾਦ ਕਰੇਗਾ ਜ਼ਿਆਦਾ ਜੁੜੇਗਾ, ਔਰ ਉਸਨੂੰ ਅਧਿਆਤਮਕ ਤੌਰ 'ਤੇ ਹੋਰ ਸਮਰੱਥ ਹੋ ਜਾਏਗਾ। ਅਮਰਾ ਜਿਹੜਾ ਤੁਹਾਡਾ ਪਤਾ ਅਧਿਆਤਮਕ ਆਤਮ ਬਲ ਵੱਧਦਾ ਨਾ ਜਦੋਂ, ਅਤੇ ਬੰਦਾ ਬਹੁਤ ਅਮੀਰ ਹੋ ਜਾਂਦਾ, ਅਸਲ ਅਸਲ ਉਸ ਚੀਜ਼ ਨੇ ਤੁਹਾਡੇ ਨਾਲ ਜਾਣਾ। ਸੋ ਇਹ ਗੱਲ ਜਿਹੜੀ ਤੁਸੀਂ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੀ ਗੱਲ ਸੁਣੀ ਸੀ, ਯੂਨਿਸ ਕੈਨੇਡੀ, ਜੌਨ ਐਫ ਕੈਨੇਡੀ ਜਿਹੜੇ ਅਮੈਰੀਕਾ ਦੇ ਪ੍ਰੈਜ਼ੀਡੈਂਟ ਸਨ, ਉਹਨਾਂ ਦੀ ਭੈਣ ਸੀ। ਦੇਖੋ ਅਸੀਂ ਕਹਿੰਦੇ ਹਾਂ ਜੀ ਯੂਰਪ ਵਿੱਚ ਧਰਮ ਕੋਈ ਨਹੀਂ, ਸਾਡੇ ਕੋਲ ਧਰਮ ਹੈ, ਸਾਡਾ ਧਰਮ ਗਲਤ ਰਸਤਿਆਂ 'ਤੇ ਚੱਲ ਪਿਆ, ਸਾਡੇ ਧਰਮ ਸਥਾਨਾਂ 'ਤੇ ਸ਼ਾਇਦ ਉਹ ਨਹੀਂ ਹੋ ਰਿਹਾ। ਅੰਦਰ ਤੁਹਾਡੇ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹ ਉਸਦੀ ਸਿਸਟਰ ਜਿਹੜੀ ਹੈ ਯੂ ਐੱਸ ਪ੍ਰੈਜ਼ੀਡੈਂਟ ਆਫ ਇੰਡੀਆ ਦੈਨ ਜੌਨ ਐਫ ਕੈਨੇਡੀ ਦੀ, ਯੂਨਿਸ ਕੈਨੇਡੀ, ਉਹਨਾਂ ਦੇ ਮਨ ਵਿੱਚ ਇਹ ਆਇਆ ਖਿਆਲ, ਕੋਈ ਉਹਨਾਂ ਨੇ ਦੇਖੇ ਕੁਝ ਬੱਚੇ ਜਿਹੜੇ ਕਿ ਮੰਦ ਬੁੱਧੀ ਸਨ, ਉਹਨਾਂ ਨੇ ਆਪਣੇ ਘਰ ਦੇ ਬੈਕਯਾਰਡ ਵਿੱਚ 1963 ਵਿੱਚ, ਮੈਂ ਤੁਹਾਨੂੰ ਇੰਟਰਨੈਸ਼ਨਲ ਰੈਲੀਵੈਂਸ ਇਸ ਪ੍ਰੋਗਰਾਮ ਦੀ ਦੱਸ ਰਿਹਾ, ਆਪਣੇ ਬੈਕਯਾਰਡ ਵਿੱਚ ਮੰਦ ਬੁੱਧੀ ਬੱਚੇ ਉਸ ਇਲਾਕੇ ਦੇ ਇਕੱਠੇ ਕੀਤੇ ਅਤੇ ਉਹਨਾਂ ਦੀ ਗੇਮਸ ਕਰਾਈਆਂ, ਉਹਨਾਂ ਦਾ ਹੌਸਲਾ ਵਧਾਇਆ, ਉਹਨਾਂ ਨੂੰ ਇਨਾਮ ਦਿੱਤੇ। ਗੱਲ ਬੜੀ ਚੁੱਕੀ ਗਈ, ਬੜੇ ਫਾਇਦੇ ਉਹਨਾਂ ਨੂੰ ਨਜ਼ਰ ਆਏ ਕਿ ਉਹ ਬੱਚੇ ਅਤੇ ਆਤਮਕ ਤੌਰ 'ਤੇ ਮਨੋ ਬਲ ਉਹਨਾਂ ਦਾ ਵੱਧ ਗਿਆ। ਉਹਨਾਂ ਨੇ ਫਿਰ ਉਹ ਹਰ ਪੀਰੀਓਡਿਕ ਰੈਗੂਲੈਰਿਟੀ ਨਾਲ ਉਹ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦਰਸ਼ਕ ਹੋਰ ਇਸ ਬਾਰੇ ਕੁਝ ਪੁੱਛਣਾ ਚਾਹੁੰਦੇ ਨੇ। ਹੈਲੋ, ਸਵਾਗਤ ਹੈ ਜੀ ਪ੍ਰੋਗਰਾਮ ਗੱਲਾਂ 'ਤੇ ਗੀਤ ਦੇ ਵਿੱਚ। ਤੁਹਾਡੀ ਆਵਾਜ਼ ਸਰ। ਹੈਲੋ, ਨਮਸਕਾਰ ਜੀ, ਮੈਂ ਮੰਡੀ ਅੰਗੜ ਤੋਂ ਮੁਹੰਮਦ ਅਨਵਰ ਅੰਸਾਰੀ ਬੋਲ ਰਿਹਾ ਤੇ ਡੀਐਮਸੀ ਸਾਹਿਬ ਜੀ ਨੂੰ ਵੀ ਮੈਂ ਸਤਿ ਸ੍ਰੀ ਅਕਾਲ ਬੁਲਾਉਣਾ ਚਾਹੁੰਦਾ। ਹਾਂਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਤੇ ਆਵਾਜ਼ ਬਿਲਕੁਲ ਵੀ ਫੋਨ ਤੇ ਨਹੀਂ ਆ ਰਹੀ, ਮੈਂ ਕੁਝ ਮਾੜੀ ਜਿਹੀ ਟੀਵੀ ਦੇ ਜ਼ਰੀਏ ਗੱਲ ਸੁਣ ਲਿਆ। ਤੇ ਜਿਸ ਤਰ੍ਹਾਂ ਸਵਾਲ ਸਰ ਜੀ ਆਪ ਜੀ ਬਹੁਤ ਅੱਛਾ ਜਵਾਬ ਦੇ ਰਹੇ ਹੋ, ਜਿਸ ਤਰ੍ਹਾਂ ਆਪਣੇ ਯੋਗਦਾਨ ਦੀਆਂ ਗੱਲ ਕੀਤੀ ਆ, ਹੁਣ ਅਸੀਂ ਦੇਖਦੇ ਹਾਂ ਵੱਡੀਆਂ ਵੱਡੀਆਂ ਟਰੱਸਟਾਂ ਦੇ ਵਿੱਚ ਲੰਗਰ ਲਾਏ, ਕੋਈ ਵਿਭਾਗ ਦੇ, ਜਿਸ ਤਰ੍ਹਾਂ ਪੂਰਨ ਸਿੰਘ ਜੀ ਨੇ ਗੱਲ ਕਰੀ ਸੀਗੀ ਜੋ ਜਨਮ ਵਿਖੇ ਲਾ ਕੇ, ਜਿਹੜਾ ਆਪਣੇ ਉਹ ਇੱਕ ਪਰਮਾਤਮਾ ਨੇ ਸਰੀਰ ਦਿੱਤਾ ਨਾ ਕਿਸੇ ਦੇ ਲਈ, ਵੀ ਇਹ ਦਿੱਤਾ ਵਾ ਵੀ ਸਾਨੂੰ ਕਿਸੇ ਦੇ ਲਈ ਲੇਖੇ ਲਾਉਣਾ ਚਾਹੀਦਾ, ਜਿਸ ਤਰ੍ਹਾਂ ਹੁਣ ਸਰ ਸਾਨੂੰ ਦਾਨ ਕਰਨਾ ਚਾਹੀਦਾ, ਤਾਂ ਉਹ ਚੀਜ਼ਾਂ ਵਾਲਿਆਂ ਨੂੰ ਦਾਨ ਕਰਨਾ ਚਾਹੀਦਾ, ਟਰੱਸਟ ਵਾਲਿਆਂ ਨੂੰ, ਜਿੱਥੇ ਕੋਈ ਚੰਗੇ ਲੰਗਰ ਲਾਏ ਜਾਂਦੇ ਨੇ, ਕਿਤੇ ਪੇਟ ਦੇ ਲਈ ਆਪਾਂ ਲਈ ਕੁਛ ਹੱਲ ਕਰ ਸਕੀਏ, ਤਾਂ ਹੀ ਫਾਇਦਾ ਹੁੰਦਾ ਆਪਾਂ
ਕਹਿੰਦਾ ਜੇ ਜੀਣਾ ਤਾਂ ਕਿਸੇ ਲਈ ਜੀਣਾ ਸਿੱਖੋ, ਆਪਦੇ ਲਈ ਜੀਣਾ ਨਹੀਂ ਸਿੱਖਣਾ ਚਾਹੀਦਾ। ਆਪ ਜੀ ਸਵਾਲ ਜਵਾਬ ਬਹੁਤ ਅੱਛੇ ਕਰ ਰਹੇ ਹੋ, ਮੈਂ ਆਪ ਜੀ ਦਾ ਧੰਨਵਾਦ ਕਰਦਾ ਫਿਰ ਇਸ ਪ੍ਰੋਗਰਾਮ ਦੇ ਵਿੱਚ ਆਇਆ। ਥੈਂਕ ਯੂ ਸਰ ਜੀ, ਸ਼ੁਕਰੀਆ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਬਸ ਇਹੀ ਸਾਡਾ ਮਕਸਦ ਹੈ ਕਿ ਸਾਧਾਰਨ ਬੰਦਾ ਬਹੁਤ ਅਮੀਰ ਹੈ ਇਹੋ ਜਿਹੇ ਪ੍ਰੋਗਰਾਮਾਂ ਵਿੱਚ ਯੋਗਦਾਨ ਪਾਉਣ ਵਾਸਤੇ। ਪੈਸੇ ਦੀ ਐਸੀ ਜ਼ਰੂਰਤ ਨਹੀਂ, ਪੈਸਾ ਕੀ ਚੀਜ਼ ਹੈ, ਜਿਹੜੀ ਚੀਜ਼ ਤੁਹਾਡੀ ਜ਼ਰੂਰਤ ਹੈ ਤੁਹਾਡੀ ਪਰਸਨਲ ਸ਼ਮੂਲੀਅਤ, ਤੁਹਾਡੀ ਆਪਣੀ ਨਿੱਜੀ ਸੋਚ, ਤੁਹਾਡਾ ਝੁਕਾਓ। ਔਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਦੋਂ ਜ਼ਿਆਦਾ ਲੋਕਾਂ ਦਾ ਝੁਕਾ ਜਾਂ ਉਹਨਾਂ ਨੂੰ ਯਾਦ ਵੀ ਰਹਿਣਗੇ ਨਾ ਤਾਂ ਕ੍ਰਾਈਮ ਘੱਟ ਜਾਏਗਾ, ਝੂਠ ਬੋਲਣ ਨੂੰ ਹਟ ਜਾਣਗੇ ਜਦੋਂ ਦੇਖਣਗੇ ਕਿ ਰੱਬ ਨੇ ਸਾਨੂੰ ਮਾਲਾਮਾਲ ਕੀਤਾ ਹੋ ਯਾਰ, ਉਹ ਅਸੀਂ ਗਰੀਬ ਸਮਝਦੇ ਹਾਂ ਆਪਣੇ ਆਪ। ਉਹ ਦੇਖੋ ਉਹਨਾਂ ਵਿਚਾਰੇ ਨੇ ਬੇਜ਼ੁਬਾਨਿਆਂ ਨੇ ਸਾਰੀ ਜ਼ਿੰਦਗੀ ਇਸ ਤਰ੍ਹਾਂ ਕੱਟ ਜਾਣੀ ਹੈ। ਉਹਨਾਂ ਨੂੰ ਰੋਟੀ ਨਹੀਂ ਚਾਹੀਦੀ ਤੁਹਾਡੀ, ਉਹਨਾਂ ਨੂੰ ਤੁਹਾਡੇ ਫਰੂਟ ਨਹੀਂ ਚਾਹੀਦਾ ਕਿ ਤੁਸੀਂ ਫੈਕਟਰੀਆਂ 'ਚ ਬੈਠੇ ਕਹੋ ਮੇਰੇ ਕੋਲ 10,000 ਰੁਪਇਆ ਅਤੇ 20,000 ਰੁਪਇਆ ਲੈ ਜਾਓ। ਤੁਹਾਡੀ ਸ਼ਮੂਲੀਅਤ ਚਾਹੀਦੀ ਹੈ, ਤੁਹਾਡੀ ਪ੍ਰੈਜੈਂਸ ਚਾਹੀਦੀ ਹੈ, ਉਹਨਾਂ ਨਾਲ ਇੰਟਰੈਕਸ਼ਨ ਚਾਹੀਦਾ। ਜਿੱਥੇ ਜਿੱਥੇ ਮਨ ਬੁੱਧੀ ਬੱਚਿਆਂ ਵਾਸਤੇ ਸਕੂਲ ਨੇ ਉੱਥੇ ਰੋਟੀ ਨਾ ਭੇਜੋ। ਇਹ ਕਹੋ ਕਿ 15 ਦਿਨਾਂ ਬਾਅਦ ਇੱਕ ਵਾਰੀ ਮੈਂ ਉੱਥੇ ਜਾਇਆ ਜਾ ਰਹਾਂਗਾ, ਉਹਨਾਂ ਬੱਚਿਆਂ ਨੂੰ ਆਪਣੇ ਵੱਡੇ ਐਕਸਟੈਂਡਿਡ ਫੈਮਿਲੀ ਦਾ ਹਿੱਸਾ ਸਮਝ ਕੇ ਉਹਨਾਂ ਨਾਲ ਖੇਡਿਆ ਕਰਾਂਗਾ। ਇਹ ਪਤਾ ਹੁੰਦਿਆਂ ਕਿ ਉਹ ਮੰਦ ਬੁੱਧੀ ਨੇ, ਉੱਥੇ 25 ਸਾਲ ਦੇ ਬੱਚੇ ਦਾ 10 ਸਾਲ ਵਾਲਾ ਦਿਮਾਗ ਹੈ, ਤੁਸੀਂ ਉਸ ਨਾਲ 10 ਸਾਲ ਦਾ ਬਣ ਕੇ ਵਿਚਰਨ ਦੀ ਕੋਸ਼ਿਸ਼ ਕਰੋ, ਸ਼ਾਇਦ ਉਹ 15 ਸਾਲ ਦਾ ਬਣ ਜਾਏ। ਤੁਹਾਡਾ ਕੁਝ ਵੀ ਨਹੀਂ ਜਾਣਾ, ਪੈਸਾ ਨਹੀਂ ਲੱਗਣਾ, ਜਿਹੜਾ ਟਾਈਮ ਕਿਸੇ ਕਲੱਬ 'ਚ ਜਾਣ ਵਾਸਤੇ ਲਗਾਉਣਾ, ਜਿਹੜਾ ਟਾਈਮ ਦੋਸਤਾਂ ਨਾਲ ਖੱਪਾਂ ਮਾਰਨ ਵਾਸਤੇ ਲਾਉਣਾ, ਉਹ ਇੱਕ ਦਿਨ ਉੱਥੇ ਲਾ ਦਿਓ। ਬਿਲਕੁਲ, ਇਹ ਚਾਹੀਦਾ, ਸੋਚਣ ਵਾਲੀ ਗੱਲ ਹੈ ਜੇ ਅਸੀਂ ਇਹਨਾਂ ਗੱਲਾਂ ਨੂੰ ਸੋਚੀਏ। ਔਰ ਮੈਨੂੰ ਦੱਸ ਕੇ ਖੁਸ਼ੀ ਹੋ ਰਹੀ ਹੈ ਇਸ ਪ੍ਰੋਗਰਾਮ ਦੇ ਤਹਿਤ ਕਿ ਜ਼ਿਆਦਾ ਲੋਕਾਂ ਨੂੰ ਪਤਾ ਨਹੀਂ, ਗਵਰਨਮੈਂਟ ਆਫ ਇੰਡੀਆ ਨੇ ਵੀ ਇੱਕ ਇਸ ਇੰਸਟੀਟਿਊਸ਼ਨ ਨੂੰ ਮਿਨਿਸਟਰੀ ਆਫ ਯੂਥ ਵੈਲਫੇਅਰ ਦੇ ਤਰਫੋਂ ਐਕਰੈਡਿਟ ਕੀਤਾ ਹੋਇਆ। ਔਰ ਉਸੇ ਫਿਰ ਸੰਸਥਾ ਜਿਹੜੀ ਯੂਨਿਸ ਕੈਨੇਡੀ ਦੀ, ਉਹ ਇੰਟਰਨੈਸ਼ਨਲ ਪੱਧਰ ਦੀ ਬਣ ਗਈ ਕਿ 1963 ਤੋਂ ਬਾਅਦ 1968 ਵਿੱਚ 3 ਕੰਟਰੀਜ਼ ਨੇ ਪਾਰਟੀਸਪੇਟ ਕੀਤਾ। ਔਰ ਅੱਜ ਹਾਲਤ ਇਹ ਹੈ ਕਿ ਮਈ ਵਿੱਚ ਹੀ ਹੁਣੇ ਸਮਰ ਗੇਮਸ ਲੋਸ ਏਂਜਲਿਸ ਵਿੱਚ ਉਸੇ ਦੀ ਬਣਾਈ ਹੋਈ ਸੰਸਥਾ ਨੇ ਆਰਗਨਾਈਜ਼ ਕੀਤੀਆਂ, ਜਿਸਦਾ ਇੰਟਰਨੈਸ਼ਨਲ ਪੱਧਰ ਹੈ। ਅਤੇ ਤੁਸੀਂ ਸੋਚ ਨਹੀਂ ਸਕੋਗੇ ਕਿ 170 ਕੰਟਰੀਜ਼ ਨੇ ਪਾਰਟੀਸਪੇਟ ਕੀਤਾ। ਪੰਜਾਬ ਤੋਂ ਵੀ 8 ਬੱਚੇ ਗਏ ਸੀ ਮਨ ਬੁੱਧੀ ਸਕੂਲ ਵਿੱਚੋਂ, ਔਰ ਉਹ ਬੱਚੇ 10 ਮੈਡਲ ਲੈ ਕੇ ਆਏ ਦੇ। ਉਹਨਾਂ ਬੱਚਿਆਂ ਦੀ ਇਹ ਫੋਟੋ ਹੈ, ਇਹ ਦੇਖੋ ਜੀ। ਤੋ ਉਹ ਬੱਚੇ 10 ਮੈਡਲ ਲੈ ਕੇ ਆਏ ਨੇ, ਉਹ ਬੱਚੇ ਵੀ ਇੱਥੇ ਐਨ 3 ਦਿਨ ਦੀਆਂ ਗੇਮਸ 'ਚ ਹਾਜ਼ਰ ਹੋਣਗੇ ਜੀ। ਅਤੇ ਬੜੀ ਮੈਨੂੰ ਇਹ ਦੱਸ ਕੇ ਤਸੱਲੀ ਮਿਲਦੀ ਹੈ ਕਿ ਦੂਰਦਰਸ਼ਨ ਨੇ ਇਹ ਪ੍ਰੋਗਰਾਮ ਇਸ ਮੌਕੇ ਆਯੋਜਿਤ ਕੀਤਾ, ਕਿਉਂਕਿ ਇਸ ਦੀ ਬਹੁਤ ਜ਼ਰੂਰਤ ਸੀ। ਸਾਡੇ ਸਾਰਿਆਂ ਦਾ ਫਰਜ਼ ਬਣਦਾ ਕਿ ਜਿੱਥੇ ਕਿੱਥੇ ਵੀ ਜਿਸ ਤਰ੍ਹਾਂ ਵੀ ਅਸੀਂ ਸਮਰੱਥ ਹਾਂ, ਅਸੀਂ ਇਹੋ ਜਿਹੇ ਪ੍ਰੋਗਰਾਮ, ਇਹੋ ਜਿਹੇ ਜਿਹੜੀ ਸੋਚ ਹੈ ਉਸਨੂੰ ਬੜਾਵਾ ਦੇਈਏ, ਉਸਨੂੰ ਰਾਈਟ ਕਾਇੰਡ ਆਫ ਐਕਸਪੋਜ਼ਰ ਦੇਈਏ, ਤਾਂ ਜੇ ਜਿਹੜੇ ਨਹੀਂ ਝੰਜੋੜੇ ਜਾ ਸਕੇ ਝੰਜੋੜੇ ਜਾ ਸਕੇ। ਇਟਸ ਨੈਵਰ ਟੂ ਲੇਟ ਟੂ ਜੁਆਇਨ ਸੱਚ ਏ ਮੁਹਿੰਮ। ਇਸ ਲਹਿਰ ਦਾ ਹਿੱਸਾ ਬਣਨ ਨਾਲ ਤੁਸੀਂ ਉਸ ਸਮੁੰਦਰ ਵਿੱਚ ਅੱਛੀ ਲਹਿਰ ਬਣ ਜਾਓਗੇ, ਜਿਹੜਾ ਸਮੁੰਦਰ ਪਰਮਾਤਮਾ ਨੇ ਸਾਨੂੰ ਜੀਵਾਂ ਦੇ ਰੂਪ ਬਣਾ ਕੇ ਸ੍ਰਿਸ਼ਟੀ ਰਚੀ ਜੀ। ਤੁਸੀਂ ਸਕੂਲਾਂ ਦੀ ਗੱਲ ਕੀਤੀ, ਆਮ ਬੰਦੇ ਦੀ ਵੀ ਗੱਲ ਕੀਤੀ। ਜੇ ਆਮ ਤੌਰ 'ਤੇ ਇੱਕ ਇਨਸਾਨ ਸਮਾਜ ਦੇ ਸੇਵਾ ਕਰਨਾ ਚਾਹੁੰਦਾ ਹੋਵੇ ਇਸ ਤਰੀਕੇ ਦੇ ਨਾਲ, ਅਤੇ ਸਕੂਲਾਂ ਤੋਂ ਇਲਾਵਾ ਉਹ ਹੋਰ ਉਹ ਕਿਹੜੇ ਕਿਹੜੇ ਕੰਮ ਕਰ ਸਕਦਾ ਐਵੇਂ? ਬਸ ਸੋਚ ਨੂੰ ਉਸ ਰਸਤੇ ਪਾ ਦਿਓ, ਅੱਗੇ ਤੁਹਾਡੇ ਪੜਾਅ ਆਉਂਦੇ ਜਾਣਗੇ, ਰੁਕਣੇ ਹੀ ਨਹੀਂ, ਕਿਉਂਕਿ ਨਾਨਕ ਦੁਖੀਆ ਸਭ ਸੰਸਾਰ। ਤੁਹਾਨੂੰ ਤੁਹਾਡੀ ਨਜ਼ਰ ਉਹ ਜੀ ਬਣਨੀ ਚਾਹੀਦੀ ਹੈ, ਰੱਬ ਨੇ ਤੁਹਾਡੀ ਬਾਂਹ ਪਕੜ ਕੇ ਤੁਹਾਨੂੰ ਉੱਥੇ ਲੈ ਜਾਣਾ ਜਿੱਥੇ ਤੁਹਾਡੀ ਮਦਦ ਦੀ, ਤੁਹਾਡੇ ਯੋਗਦਾਨ ਦੀ ਜ਼ਰੂਰਤ ਹੈ। ਤੁਸੀਂ ਆਪਣੀ ਬਾਂਹ ਰਚਨ ਵਾਲੇ ਨੂੰ ਪਕੜਾਓ, ਕੁਛ ਜ਼ਰੂਰਤ ਨਹੀਂ। ਜਦੋਂ ਵੀ ਕਦੇ ਇਹੋ ਜਿਹੀ ਸੋਚ ਆਵੇ, ਤੁਸੀਂ ਅੱਖਾਂ ਬੰਦ ਕਰਕੇ ਅਰਦਾਸ ਕਰੋ ਕਿ ਮੈਂ ਇਹ ਸੇਵਾ ਕਰਨਾ ਚਾਹੁੰਦਾ। ਦੇਖੋ ਜੇ ਬਗੈਰ ਕਿਸੇ ਦੇਰ ਦੇ ਤੁਹਾਡੇ ਕੋਲ ਕੋਈ ਆ ਨਾ ਗਿਆ ਕਿ ਤੂੰ ਬਾਈ ਚੱਲ ਉੱਥੇ ਅਤੇ ਮੈਨੂੰ ਪੁੱਛ ਲੈਣਾ। ਮੇਰਾ ਖਿਆਲ ਹੈ, ਮੇਰੀ ਜ਼ਿੰਦਗੀ ਦਾ ਤਜਰਬਾ ਕਿ ਸੋਚ ਨਿਰਮਲ ਹੋਣੀ ਚਾਹੀਦੀ ਹੈ। ਪਰ ਅੱਜ ਦਾ ਸਮਾਜ, ਮੁਆਫ ਕਰਨਾ, ਬੜਾ ਗਲਤ ਯੁੱਗ ਚੱਲ ਰਿਹਾ। ਅਸੀਂ ਹੀ ਉਸ ਯੁੱਗ ਨੂੰ ਬਣਾਉਣ ਵਾਲੇ ਹਾਂ ਅਤੇ ਅਸੀਂ ਇਹਨੂੰ ਠੀਕ ਕਰਨਾ। ਰੱਬ ਤਾਂ ਦੇਖ ਰਿਹਾ, ਉਹ ਆਪਣੇ ਬੱਚੇ ਸਮਝਦਾ, ਬੱਚਿਆਂ ਨਾਲ ਉਹ ਮਾੜਾ ਨਹੀਂ ਕਰਦਾ। ਅਸੀਂ ਆਪਣੇ ਆਪ ਨੂੰ ਆਪ ਹੀ ਗਲਤ ਸੋਚ ਦੇ ਸ਼ਿਕਾਰ ਕਰਕੇ ਗਲਤ ਰਸਤੇ 'ਤੇ ਜਾਂਦੇ ਹਾਂ। ਪਰ ਜਦੋਂ ਹੀ
ਅਸੀਂ ਗੁਰੂ ਦੇ ਸਨਮੁੱਖ ਹੋਵਾਂਗੇ, ਰਚਨਾਰੇ ਦੇ ਵੱਲ ਮੁੱਖ ਕਰਕੇ ਗੱਲ ਕਰਾਂਗੇ, ਉਹ ਸਾਡੀ ਬਾਂਹ ਪਕੜ ਕੇ ਸਾਨੂੰ ਠੀਕ ਰਸਤੇ 'ਤੇ ਲਿਜਾਏਗਾ, ਮਦਦ ਵੀ ਕਰਾਏਗਾ ਅਤੇ ਸੋਹਣਾ ਸੰਸਾਰ ਵੀ ਰਚੇਗਾ। ਕਿਉਂਕਿ ਚਿੱਕੜ ਵਾਲੇ ਜੇ ਅਸੀਂ ਦੂਰ ਤੱਕ ਚਿੱਕੜ ਹੀ ਚਿੱਕੜ ਹੈ ਅਤੇ ਉਸ ਚਿੱਕੜ ਨੂੰ ਜੇ ਰਚ ਬਣਾਇਆ ਅਸੀਂ ਇਹ ਤਾਂ ਅਸੀਂ ਸਾਫ਼ ਵੀ ਅਸੀਂ ਕਰਨਾ, ਕਰਵਾ ਉਹ ਲਏਗਾ, ਅਗਵਾਈ ਉਹ ਕਰੇਗਾ ਜੇ ਉਹਨੂੰ ਅਗਵਾਈ ਦਿਓਗੇ। ਤਾਂ ਬਿਲਕੁਲ ਠੀਕ ਗੱਲ, ਤੁਸੀਂ ਬਹੁਤ ਸੋਹਣੀਆਂ ਸਾਨੂੰ ਗੱਲਾਂ ਦੱਸ ਰਹੇ ਹੋ। ਮਤਲਬ ਜੇ ਅਸੀਂ ਆਪਣੀ ਸੋਚ ਨੂੰ ਸਕਾਰਾਤਮਕ ਬਣਾ ਕੇ ਚੰਗੇ ਪਾਸੇ ਤੁਰਦੇ ਹਾਂ ਤਾਂ ਯਕੀਨਨ ਸਾਨੂੰ ਮਨ ਨੂੰ ਸ਼ਾਂਤੀ ਮਿਲੇਗੀ, ਕਿਉਂਕਿ ਮਨ ਦੀ ਸ਼ਾਂਤੀ ਵੀ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਪਰਮਾਤਮਾ ਦੇ ਬਣਾਏ ਬੰਦਿਆਂ ਦੀ ਮਦਦ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਤਲ ਤੇ ਤੁਸੀਂ ਬਹੁਤ ਸਕਸ਼ਮ ਹੋ ਜਾਓਗੇ ਜੀ। ਤੁਸੀਂ ਸਟੂਡੀਓ ਦੇ ਵਿੱਚ ਆਏ, ਕਨਸੈਂਟ੍ਰੇਸ਼ਨ ਵੱਧ ਜਾਏਗੀ। ਤੁਸੀਂ ਬਹੁਤ ਕੁਛ ਸਾਨੂੰ ਦੱਸਿਆ, ਬਹੁਤ ਵਧੀਆ ਗੱਲਾਂ ਕੀਤੀਆਂ, ਇਸ ਵਿਸ਼ੇ ਬਾਰੇ ਸਾਨੂੰ ਖੁੱਲ੍ਹ ਕੇ ਦੱਸਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਮਿਹਰਬਾਨੀ ਤੁਹਾਡੇ ਬੁਲਾਉਣ ਦਾ, ਮੇਰੇ ਉਹਨਾਂ ਸਰੋਤਿਆਂ ਦਾ ਜਿਨ੍ਹਾਂ ਨੇ ਕਿ ਮਨ ਲਗਾ ਕੇ ਇਹ ਪ੍ਰੋਗਰਾਮ ਸੁਣਿਆ, ਉਹਨਾਂ ਨੂੰ ਮੈਂ ਨਮਨ ਕਰਦਾ। ਬਹੁਤ ਬਹੁਤ ਸ਼ੁਕਰੀਆ, ਅਤੇ ਇਸ ਵਾਅਦੇ ਨਾਲ ਕਿ ਕੱਲ੍ਹ ਫਿਰ ਇਸ ਪ੍ਰੋਗਰਾਮ ਦੇ ਵਿੱਚ ਮੁਲਾਕਾਤ ਹੋਏਗੀ ਇੱਕ ਨਵੇਂ ਵਿਸ਼ੇ ਦੇ ਨਾਲ। ਤਦ ਤੱਕ ਮੈਨੂੰ ਮੇਘਾ ਨੂੰ ਅਤੇ ਮੈਨੂੰ ਅਨਮੋਲ ਨੂੰ ਦਿਓ ਇਜਾਜ਼ਤ। ਸ਼ੁਕਰੀਆ। ਨਿੱਕਾ ਨਿੱਕਾ ਕੱਤਣਾ ਤੇ ਮਿੱਠਾ ਮਿੱਠਾ ਬੋਲਣਾ, ਪੂਣੀਆਂ ਦੀ ਥਾਵੇਂ ਨਿੱਤ ਦਿਲਾਂ ਨੂੰ ਪਰੋਲਣਾ। ਨਿੱਕਾ ਨਿੱਕਾ ਕੱਤਣਾ ਤੇ ਮਿੱਠਾ ਮਿੱਠਾ ਬੋਲਣਾ, ਪੂਣੀਆਂ ਦੀ ਥਾਵੇਂ ਨਿੱਤ ਦਿਲਾਂ ਨੂੰ ਪਰੋਲਣਾ। ਪੂਣੀਆਂ ਮੁਕਾਈ ਜਾਵੇ, ਚਰਖਾ ਚਲਾਈ ਜਾਵੇ, ਚਰਖਾ ਚਲਾਈ ਜਾਵੇ, ਪੂਣੀਆਂ ਮੁਕਾਈ ਜਾਵੇ, ਪਤਲੇ ਤੇ ਆਸ਼ਕਾਂ ਦੇ ਦਿਲਾਂ ਨੂੰ ਚੜਾਈ ਜਾਵੇ, ਪਤਲੇ ਤੇ ਆਸ਼ਕਾਂ ਦੇ ਦਿਲਾਂ ਨੂੰ ਚੜਾਈ ਜਾਵੇ। ਤੇਰਾ ਚਰਖਾ ਟੁੱਟੇ ਆਸ਼ਕਾਂ ਦੀ ਸੁਣ ਲੈ ਜੇ ਰੱਬ ਨੀ, ਤੇਰਾ ਚਰਖਾ ਟੁੱਟੇ ਆਸ਼ਕਾਂ ਦੀ ਸੁਣ ਲੈ ਜੇ ਰੱਬ ਨੀ, ਹਾਂ ਤੇਰਾ ਚਰਖਾ।